ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਬਣਾਇਆ ਉਸ ਤੋਂ ਬਾਅਦ ਸਾਡਾ ਨਾਤਾ ਟੁੱਟ ਗਿਆ। ਸੁਖਬੀਰ ਬਾਦਲ ਕੋਈ ਇੰਨਾ ਇੰਟੈਲੀਜੈਂਟ ਬੰਦਾ ਨਹੀਂ ਸੀਗਾ। ਅੱਜ ਵੀ ਪਾਚਾਏ ਪਾਏ ਉਮਰ ਭਾਵੇਂ ਉਹਦੀ 50-55 ਸਾਲ ਜਾਂ 60 ਸਾਲ ਹੋ ਗਈ ਹੋਵੇ, ਪਰ ਉਹਦੇ 'ਚ ਅਜੇ ਵੀ ਮੈਚਿਓਰਿਟੀ ਨਹੀਂ ਆਈ। ਬਾਦਲ ਸਾਹਿਬ ਨੇ ਜਾਣ ਲੱਗੇ ਕਿ ਖੱਟਿਆ 25 ਸਾਲ ਰਾਜ ਕਰਨ ਤੋਂ ਬਾਅਦ ਅਖੀਰ 'ਤੇ ਜਾ ਕੇ ਹਾਰ ਕੇ ਗਏ ਨੇ ਚੋਣ। ਇਹਨਾਂ ਦੀ ਸੋਚ ਪੰਥਕ ਨਹੀਂ ਰਹੀ, ਇਹਨਾਂ ਦੀ ਸੋਚ ਜਿਹੜੀ ਇੰਡੀਵਿਜੁਅਲ ਆਪਣਾ ਜੋ ਕੋਈ ਬਣਾਉਣਾ ਉਹਦੇ ਉਹ ਸੋਚ ਸੀ ਕਰਾਉਂਦੇ, ਔਰ ਇਹਨਾਂ ਬਣਾਇਆ ਵੀ ਹੈ ਕੁਝ ਹੀ ਹੈ। ਲੁੱਟਿਆ ਪੰਜਾਬ ਨੂੰ, ਜ਼ਮੀਨਾਂ ਬਣਾ ਲਈਆਂ, ਜਾਇਦਾਦ ਬਣਾ ਲਈਆਂ। ਮੈਨੂੰ ਯਾਦ ਹੈ ਇੱਕ ਵਾਰੀ ਬਾਦਲ ਸਾਹਿਬ ਨੇ ਮੈਨੂੰ ਕਿਹਾ ਸੀਗਾ ਮੇਰੇ ਕੋਲ ਗੱਡੀ ਹੈ, ਮਾਜ਼ਦਾ ਮੇਰੀ ਉੱਥੇ ਖੜ੍ਹੀ ਹੈ, ਲੰਬੀ ਖੜ੍ਹੀ ਹੈ ਅਤੇ ਚੱਲਦੀ ਨਹੀਂ, ਕੋਈ ਡਰਾਈਵਰ ਨਹੀਂ ਮਿਲਦਾ, ਜੇ ਡਰਾਈਵਰ ਮਿਲਦਾ ਕੋਈ ਦਿੰਦਾ ਨਹੀਂ। ਅਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ, ਮੈਂ ਵਿੱਚ ਨਹੀਂ, ਮੈਂ ਕਿਹਾ ਮੈਂ ਲੈ ਲੈਂਦਾ। ਅਤੇ ਅੱਜ ਬਾਦਲ ਸਾਹਿਬ ਬੱਸਾਂ ਨੂੰ ਫਿਰ 400-500 ਕਿ ਕਿੰਨੀਆਂ ਜ਼ਿਆਦਾ ਬੱਸਾਂ ਨੇ। ਤੁਸੀਂ ਵੀ ਪੁਲਿਸ ਦੀ ਇੰਟੈਰੋਗੇਟ ਚੱਲੀ? ਬਹੁਤ ਇੰਟੈਰੋਗੇਟ ਹੋਇਆ ਕਈ ਥਾਣਿਆਂ ਦੇ ਵਿੱਚ। NSA ਵੀ ਭੁਗਤੀ? ਸਭ ਤੋਂ ਪਹਿਲੀ NSA ਪੰਜਾਬ 'ਚ ਇਕੱਲੇ ਮੇਰੇ 'ਤੇ ਲੱਗੀ ਹੈ। ਇੱਕ ਵਾਰ ਤਾਂ ਮੈਨੂੰ ਇਹਨਾਂ ਨੇ ਆਪਣੇ ਨੂੰ ਮਾਰ ਦਿੱਤਾ ਸੀ ਖਤਮ ਕਰਕੇ, ਅਤੇ ਇਹਨੇ ਸਮੀਰ ਸੈਣੀ ਨੇ ਕਿਹਾ ਵੀ ਇਹਨੂੰ ਬੋਰੀ 'ਚ ਪਾ ਕੇ ਅਤੇ ਪਾਕੜੇ ਸੁੱਟੋ। ਬੋਰੀ 'ਚੋਂ ਬੰਦ ਕਰਕੇ ਲੈ ਗਏ ਸੀ ਵੀ ਸੁੱਟਿਓ ਪਾਕੜੇ 'ਚ? ਹਾਂ, ਅਤੇ ਉਹਨਾਂ ਨੇ ਜਦੋਂ ਇਹ ਚੱਲਾ ਗਿਆ ਉੱਥੇ ਆਰਡਰ ਦੇ ਕੇ, ਅਤੇ ਉਹਨਾਂ ਨੇ ਫਿਰ ਮੇਰਾ ਸਰੀਰ ਰਲਾਇਆ, ਦੇਖਿਆ ਸੁਣ ਕੇ ਵੀ ਜਾਨ ਹੈਗੀ ਹੈ, ਉਹਨਾਂ ਫਟਾਫਟ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਚਾਰੇ ਪਾਸੇ ਦੇ ਤੇ ਮਾਰੀ ਸੈਣੀ ਮੂਰੇ ਖੜਾ ਸੀ, ਸੈਣੀ ਮੂਰੇ ਖੜਾ ਕਾਬੀ ਮਾਰਦਾ ਸੀ, ਉਹ ਪੁੱਠਾ ਟਖਾ ਵੀ ਮਾਰਦਾ। ਮੇਰੇ ਪੈਰਾਂ ਥੱਲੇ 50-50 ਡਾਂਗਾਂ ਇੱਕ ਇੱਕ ਪੈਰ ਤੋਂ ਮਾਰਦੇ, ਮੇਰੀ ਆਈਸ਼ਟ ਖਤਮ ਹੋ ਗਈ ਸੀ, ਮੇਰੇ ਬਿਜਲੀ ਸ਼ਾਰਟ ਬਹੁਤ ਮਾਰੇ ਨੇ, ਅਤੇ ਰਿੰਗ ਪਾਰਨਰ ਈਵਨ ਕਿ ਇੰਦਰੀ 'ਤੇ ਵੀ। ਫਿਰ ਉਹੀ ਪੰਥਕ ਸਰਕਾਰ ਨੇ ਤੁਹਾਨੂੰ DGP ਬਣਾਇਆ ਸਰਕਾਰ 'ਚ ਆਪਣੇ? ਇਹੋ ਤਾਂ ਦੁੱਖ ਤਾਂ ਇਸੇ ਗੱਲ ਦਾ ਹੀ ਹੈ। ਸ਼੍ਰੋਮਣੀ ਅਕਾਲੀ ਦਲ ਮੋਰਚਿਆਂ 'ਚੋਂ ਨਿਕਲੀ ਹੋਈ ਪਾਰਟੀ ਹੈ, ਪਰ ਅੱਜ ਦੇ ਹਾਲਾਤ ਸਭ ਨੂੰ ਪਤਾ ਹੈ। ਜਿਸ ਤਰ੍ਹਾਂ ਹੁਣ ਧੜੇਬੰਦੀ ਉੱਭਰੀ ਆ ਕੁਰਸੀ ਦੀ ਲੜਾਈ ਨੂੰ ਲੈ ਕੇ, ਜਿਹੜਾ ਹੁਣ ਧੜੱਲੇ ਦੇ ਨਾਲ ਇੱਕ ਦੂਜੇ 'ਤੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ, ਦੋ ਗਰੁੱਪਾਂ ਦੇ ਵਿੱਚ ਡਿਵਾਈਡ ਇੱਕ ਵਾਰ ਫਿਰ ਅਕਾਲੀ ਦਲ ਹੋ ਗਿਆ। ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ ਸੀ, ਜਿਸ ਦੀ ਅਗਵਾਈ ਮਾਸਟਰ ਤਾਰਾ ਸਿੰਘ ਨੇ ਕੀਤੀ ਸੀ। ਸਾਡੇ ਨਾਲ ਅਕਾਲੀ ਲੀਡਰ ਨੇ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਪੂਰੇ ਖਿਲਾਅ ਬਾਰੇ ਕੀ ਸੋਚਣਾ ਹੈ। ਇਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ, ਬਹੁਤ ਸੰਤਾਪ ਵੀ ਪੂਰਾ ਹੰਢਾਇਆ ਹੈ, ਤਾਂ ਉਸ ਸਮੇਂ ਦੌਰ ਦੀ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਮੋਰਚਿਆਂ ਦੇ ਨਾਲ ਧਰਨਿਆਂ ਦੇ ਨਾਲ ਇਸ ਪਾਰਟੀ ਨੂੰ ਸਿੰਚਿਆ ਸੀ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਰਜਾਨਾ ਸਪੋਕਸਮੈਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ ਮੈਂ ਸਭ ਤੋਂ ਪਹਿਲਾਂ ਆਵਾਂਗਾ, ਕਿੰਨੇ ਸਾਲ ਤੁਸੀਂ ਜੇਲ੍ਹਾਂ ਦੇ ਵਿੱਚ ਬਿਤਾਏ ਨੇ, ਕਿੰਨੀਆਂ ਜੇਲ੍ਹਾਂ ਕੱਟੀਆਂ ਨੇ? ਜਦੋਂ ਅਕਾਲੀ ਦਲ ਦੇ ਲਈ ਧਰਨੇ ਲੱਗਦੇ ਸੀ, ਮੋਰਚੇ ਲੱਗਦੇ ਸੀ, ਪੰਜਾਬ ਦੀ ਲੜਾਈ ਹੁੰਦੀ ਸੀ? ਮੇਰੀ ਜੇਲ੍ਹ ਤਕਰੀਬਨ 4.5 ਸਾਲ ਦੇ ਕਰੀਬ ਹੈ, ਔਰ ਜਿਹੜਾ ਸਾਡਾ ਸਮਾਂ ਸੀ ਉਸ ਵੇਲੇ ਜਿਹੜਾ ਬੜਾ ਭਿਆਨਕ ਸਮਾਂ ਸੀ, ਕਿਉਂਕਿ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਜੋ ਕੁਝ ਸਰਕਾਰ ਨੇ, ਭਾਰਤ ਸਰਕਾਰ ਨੇ ਕੀਤਾ ਸੇ ਕੌਮ ਨਾਲ ਅਕਾਲ ਤਖ਼ਤ ਘਟਾਉਣ ਤੋਂ ਬਾਅਦ, ਉਹ ਹੁਣ ਸਾਰੇ ਸੰਸਾਰ ਨੂੰ ਪਤਾ। ਬਿਲਕੁਲ। ਉਸੇ ਸੰਦਰਭ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਆਪਣੇ ਇਸ ਤਖ਼ਤ 'ਤੇ ਢਾਉਣ ਕਰਕੇ ਕਾਫ਼ੀ ਨਾਰਾਜ਼ਗੀ ਸੀ, ਗੁੱਸਾ ਵੀ ਸੀਗਾ ਜੀ। ਉਹਦੇ ਕਰਕੇ ਨੌਜਵਾਨ ਮੁੰਡਿਆਂ ਨੂੰ ਸਰਕਾਰ ਦੇ ਗਰ ਕਹਿ ਲਓ ਬਈ ਉਹਦੇ ਖਿਲਾਫ਼ ਗੁੱਸਾ ਥੋੜ੍ਹਾ ਜ਼ਾਹਿਰ ਕੀਤਾ, ਅਤੇ ਉਸ ਗੁੱਸੇ ਨੂੰ ਮੁੱਖ ਰੱਖ ਕੇ ਲੋਕਾਂ ਨੇ ਹਜ਼ਾਰ ਤਰ੍ਹਾਂ ਦੇ ਸਾਡੇ ਤਸ਼ੱਦਦ ਸਰਕਾਰ ਨੇ ਕੀਤੇ ਨੇ, ਉਲਟੇ ਸਿੱਧੇ ਕੇਸ ਵੀ ਬਣਾਏ ਨੇ, ਔਰ ਕੇਸ ਮੋਸਟਲੀ ਝੂਠੇ ਹੀ ਬਣਾਉਂਦੇ ਸੀ, ਬੱਚੇ ਚੁੱਕ ਚੁੱਕ ਕੇ ਅਨਸੈਸਰੀ ਮਾਰੀ ਜਾਣੇ। ਸਰਕਾਰ ਸਿੱਖ ਆਉਣ ਨੂੰ ਬਿਲਕੁਲ ਕਹਿ ਲਓ ਸਮੈਸ਼ ਕਰਨਾ ਚਾਹੁੰਦੇ, ਮਲੀਆਂ ਮੇਟ ਕਰਨ ਤੱਕ ਉਹਨਾਂ ਦੀ ਨੀਅਤ ਸੀ।
ਉਹਨਾਂ ਨੇ ਕੋਈ ਨਹੀਂ ਦੇਖਣਾ, ਸਿਰਫ ਕੇਸਾਧਾਰੀ ਦੇਖ ਲਿਆ ਜਾਂ ਦਾੜੀ ਵਾਲਾ ਸਰੂਪ ਦੇਖ ਲੈਣਾ ਅਤੇ ਪੁਲਿਸ ਨੇ ਚੁੱਕ ਕੇ ਮਾਰ ਦੇਣਾ। ਇਸੇ ਡਰ ਕਾਰਨ ਕੁਝ ਲੋਕ ਘਰੋਂ ਬੇਕਾਰ ਹੋਏ, ਘਰੋਂ ਬਾਹਰ ਨਿਕਲ ਕੇ ਤੁਹਾਨੂੰ ਹਥਿਆਰ ਵੀ ਚੁੱਕਣੇ, ਮਜਬੂਰਨ ਹਥਿਆਰ ਚੁੱਕਣੇ ਪਏ ਨੇ ਜੀ। ਅਤੇ ਉਸ ਸੰਦਰਭ ਦੇ ਵਿੱਚ ਦੱਸਦੇ ਵੀ ਕੋਈ ਸੰਪਰਕ ਸੀਗਾ, ਕਿਉਂਕਿ ਮੈਂ ਥੋੜ੍ਹਾ ਜਿਹਾ ਸੰਤ ਜਰਨੈਲ ਸਿੰਘ ਜੀ ਦੇ ਨੇੜੇ ਸੀਗਾ ਅਤੇ ਮੇਰੇ 'ਤੇ ਵੀ ਬਹੁਤ ਸ਼ਦਤ ਢਾਇਆ ਗਿਆ, ਮੈਨੂੰ ਵੀ ਘਰੋਂ ਬੇਕਾਰ ਕੀਤਾ ਗਿਆ, ਮੈਂ ਵੀ ਰੁਲ ਗਿਆ, ਮੇਰਾ ਕਾਰੋਬਾਰ ਸਾਰਾ ਡਿਸਟਰੋਏ ਹੋ ਗਿਆ। ਮੈਂ ਇੱਕ ਬਿਲਡਿੰਗ ਕੰਟਰੈਕਟਰ ਬਿਜ਼ਨਸ ਸੀ, ਬਿਜ਼ਨਸਮੈਨ ਸੀਗਾ, ਔਰ ਮੇਰਾ ਬਿਜ਼ਨਸ ਵੀ ਬਹੁਤ ਅੱਛਾ ਕਹਿ ਲਓ, ਸਭ ਨੂੰ ਪਤਾ ਸੀਗਾ ਬਿਜ਼ਨਸ ਬਹੁਤ ਤਕੜਾ ਮੇਰਾ, ਪਰ ਮੈਨੂੰ ਬਿਲਕੁਲ ਇਹਨੇ ਸਮੈਸ਼ ਕੀਤਾ। ਮੇਰਾ ਇਮੀਡੀਏਟਲੀ ਸਾਰਾ ਕੰਮ ਕਾਰ, ਸਾਰਾ ਕੁਝ ਜੋ ਮੇਰਾ ਟੂਰ ਟਰਾਲ ਸੀ, ਸਾਰਾ ਸਰਕਾਰ ਚੁੱਕ ਕੇ ਲੈ ਗਈ, ਈਵਨ ਕਿ ਮੇਰੇ ਫਾਰਮ ਤੋਂ ਡੰਗਰ ਡੂੰਗਰ ਵੀ ਖੋਲ੍ਹ ਕੇ ਲੈ ਕੇ ਸਭ ਖਾਲੀ ਕਰ ਦਿੱਤਾ। ਤੁਸੀਂ ਵੀ ਪੁਲਿਸ ਦੀ ਇੰਟੈਰੋਗੇਟ ਚੱਲੀ? ਬਹੁਤ ਇੰਟੈਰੋਗੇਟ ਹੋਇਆ ਜੀ, ਕਈ ਥਾਣਿਆਂ ਦੇ ਵਿੱਚ। ਅਤੇ ਬਾਕੀ ਅਕਾਲੀ, ਮੈਂ ਬਚਪਨ ਤੋਂ ਅਕਾਲੀ ਹਾਂ, ਮੇਰੇ ਪਿਤਾ ਜੀ ਅਕਾਲੀ ਸਨ, ਮੇਰੇ ਦਾਦਾ ਜੀ ਅਕਾਲੀ ਸਨ, ਔਰ ਅਸੀਂ ਕਿਉਂਕਿ ਮਾਸਟਰ ਤਾਰਾ ਸਿੰਘ ਜੀ ਦੇ ਨਜ਼ਦੀਕੀ ਰਿਸ਼ਤੇਦਾਰ ਹਾਂ, ਉਸ ਕਰਕੇ ਵੀ ਸਾਡੇ ਪ੍ਰਭਾਵ ਸੀ ਬਹੁਤ ਜ਼ਿਆਦਾ। ਮਾਸਟਰ ਤਾਰਾ ਸਿੰਘ ਦੇ ਨਾਲ ਕੋਈ ਗੱਲਾਂ ਯਾਦ ਨੇ ਜਿਹੜਾ ਉਹਨਾਂ ਦੇ ਨਾਲ ਸਮਾਂ ਬਿਤਾਇਆ, ਅਤੇ ਭਾਵੇਂ ਤੁਸੀਂ ਉਹਨੂੰ ਬਹੁਤ ਘੱਟ ਉਮਰ ਸੀ ਜਦੋਂ ਉਹ ਅਗਵਾਈ ਕਰ ਰਹੇ ਸੀ ਕੌਮ ਦੀ, ਪੰਥ ਦੀ, ਪਾਰਟੀ ਦੀ? ਹਾਂਜੀ, ਮਾਸਟਰ ਤਾਰਾ ਸਿੰਘ ਜੀ ਨੇ ਸਮੇਂ ਦੀਆਂ ਗੱਲਾਂ ਇਸ ਤਰ੍ਹਾਂ ਯਾਦ ਨੇ ਕਿ ਇੱਕ ਵਾਰੀ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਸੀਗਾ, ਉਸ ਜੋੜ ਮੇਲੇ 'ਤੇ ਕਿਤੇ ਜਵਾਹਰ ਲਾਲ ਨਹਿਰੂ ਨੇ ਆਉਣਾ ਚਾਹਿਆ ਇੱਥੇ, ਅਤੇ ਡਰਦੇ ਸੀ ਮਾਸਟਰ ਜੀ ਕੋਲੋਂ ਜੀ, ਅਤੇ ਉਹਨਾਂ ਨੂੰ ਸੋਟ ਕਰ ਰਹੇ ਸੀ ਮਹਾਰਾਜ ਪਟਿਆਲਾ। ਮਹਾਰਾਜ ਪਟਿਆਲੇ ਨੇ ਜ਼ਿੰਮੇਵਾਰੀ ਲੈ ਲਈ ਕਿ ਜੇ ਨਹਿਰੂ ਸਾਹਿਬ ਤੁਸੀਂ ਆਓ ਪੰਜਾਬ ਦੇ ਵਿੱਚ, ਅਤੇ ਮੈਂ ਹੈਗਾ ਮੇਰੇ ਹੁੰਦਿਆਂ ਮੈਂ ਕੋਈ ਐਸੀ ਗੱਲ ਨਹੀਂ ਹੋਣ ਲੱਗੀ। ਅਤੇ ਨਹਿਰੂ ਪੰਡਿਤ ਜੀ ਆਏ ਸੀ ਪਟਿਆਲੇ ਜਦੋਂ ਉਤਰੇ ਨੇ, ਅਤੇ ਮਾਸਟਰ ਜੀ ਦੇ ਹੁਕਮ ਅਨੁਸਾਰ ਸਿੱਖ ਕੌਮ ਨੇ ਐਸਾ ਪ੍ਰੋਟੈਸਟ ਕੀਤਾ ਕਿ ਉਹਨਾਂ ਨੂੰ ਪਟਿਆਲੇ ਤੋਂ ਹੀ ਵਾਪਸ ਜਾਣਾ ਪੈ ਗਿਆ, ਉਹ ਫਤਿਹਗੜ੍ਹ ਸਾਹਿਬ ਨਹੀਂ ਪਹੁੰਚ ਸਕੇ। ਉਸ ਵੇਲੇ ਅਕਾਲੀ ਦਲ ਦਾ ਬੜਾ ਬਹੁਤ ਵੱਡਾ ਪ੍ਰਭਾਵ ਸੀ, ਔਰ ਕਿਉਂਕਿ ਲੀਡਰਸ਼ਿਪ ਤਕੜੀ ਸੀ, ਔਰ ਇਮਾਨਦਾਰ ਲੀਡਰਸ਼ਿਪ ਹੋਣ ਦੇ ਨਾਲ ਬੜਾ ਫਰਕ ਪੈਂਦਾ। ਹੁਣ ਅੱਜ ਦੀ ਲੀਡਰਸ਼ਿਪ ਤਾਂ ਮਾਸਟਰ ਤਾਰਾ ਸਿੰਘ ਵਰਗਾ ਮੁਕਾਬਲਾ ਨਹੀਂ ਕਰ ਸਕਦੇ। ਜਿਹੜੀ ਪਾਰਟੀ ਧਰਨਿਆਂ ਨਾਲ ਸਿੰਚੀ ਸੀ, ਮੋਰਚੇ ਲਾਏ ਸੀ, ਪਰ ਹੁਣ ਜਦੋਂ ਟੁੱਟਦੀ ਆ, ਜਿਹੜੇ ਹੁਣ ਹਾਲਾਤ ਨੇ ਅੱਜ ਦੇ ਸਮੇਂ ਦੇ ਵਿੱਚ, ਕੀ ਕਾਰਨ ਮੰਨਦੇ ਹੋ? ਕਿਹੜੇ ਕਿਹੜੇ ਕਾਰਨ ਨੇ, ਕਿਹੜੇ ਕਿਹੜੀਆਂ ਚੀਜ਼ਾਂ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਅੱਜ? ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੀ ਜਿਹੜੀ ਲੀਡਰਸ਼ਿਪ ਹੈ ਇਹ ਇਮਾਨਦਾਰ ਨਹੀਂ ਹੈ। ਇਹਨਾਂ ਨੂੰ ਸਿਰਫ ਆਪਣੀ ਪਰਸਨਲ ਲੋੜਾਂ ਪੂਰੀਆਂ ਕਰਨ ਤੱਕ ਗਏ ਨੇ, ਇਹਨਾਂ ਨੇ ਕੌਮ ਦਾ ਜਾਂ ਪੰਥ ਦਾ ਜਾਂ ਪੰਜਾਬ ਦਾ ਇਹ ਸੋਚ ਨਹੀਂ ਸਕਦੇ ਜੀ। ਕਿਉਂਕਿ ਮੈਂ ਪਿਛਲੇ  50 ਸਾਲ ਤੋਂ ਪਾਰਟੀ ਦੇ ਨਾਲ ਰਿਹਾ ਵੀ ਹਾਂ, ਜਦੋਂ ਕਿ ਅਕਾਲੀ ਦਲ ਇਕੱਠਾ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਪੰਜਾਬ ਪਾਰਟੀ ਬਣਾ ਲਿਆ, ਪੰਜਾਬੀ ਪਾਰਟੀ ਬਣਾਇਆ, ਉਸ ਤੋਂ ਬਾਅਦ ਸਾਡਾ ਦਿਲ ਨਾਤਾ ਟੁੱਟ ਗਿਆ। ਉਸ ਤੋਂ ਬਾਅਦ ਅਲੱਗ ਹੋ ਗਏ? ਨਹੀਂ, ਅਲੱਗ ਹੋ ਗਏ, ਉਹਨਾਂ ਦੇ ਰਸਤੇ ਹੋਰ ਹੋ ਗਏ, ਤੁਹਾਡੇ ਅਲੱਗ ਹੋ ਗਏ। ਅਤੇ ਬਾਕੀ ਗੁਰਚਰਨ ਸਿੰਘ ਨੋੜਾ ਟੋੜਾ ਸਾਹਿਬ ਨਾਲ ਮੇਰੇ ਕਾਫੀ ਨੇੜਤਾ ਰਹੀ ਹੈ, ਅਖੀਰ ਤੱਕ ਰਹੀ ਹੈ, ਅਤੇ ਵਿਹਲੇ ਕੁਲੇ ਟੋੜਾ ਸਾਹਿਬ ਨਾਲ ਸਲਾਮ ਮਿਸ਼ਰਾ ਵੀ ਹੁੰਦਾ ਸੀਗਾ, ਔਰ ਉਹਨਾਂ ਨੂੰ ਮੇਰੀ ਸਾਰੀਆਂ ਕੁਰਬਾਨੀਆਂ ਬਾਰੇ ਪਤਾ ਸੀ, ਉਹ ਅਹਿਸਾਸ ਵੀ ਕਰਦੇ ਸੀ ਇਸ ਗੱਲ ਦਾ ਜੋ ਕੁਝ ਮੇਰੇ ਨਾਲ ਬੀਤ ਰਿਹਾ ਸੀ, ਹੋ ਰਿਹਾ ਸੀਗਾ। ਕਈ ਵਾਰੀ ਆਏ ਨੇ ਮੇਰੇ ਪਰਿਵਾਰ ਨੂੰ ਉਹਨਾਂ ਨੇ ਦਿਲਾਸਾ ਵੀ ਦੇਣਾ, ਹੌਸਲਾ ਵੀ ਦਿੰਦੇ ਰਹੇ ਨੇ, ਔਰ ਚੰਗੇ ਅਕਾਲੀ ਵੱਲ ਅਕਾਲੀ ਹੈ ਵੀ ਸਨ, ਜਿਵੇਂ ਕਿ ਬਸੰਤ ਸਿੰਘ ਖਾਲਸਾ
ਸੀਗੇ, ਸਰਦਾਰ ਬਚਿੱਤਰ ਸਿੰਘ ਸੀਗੇ, ਇਹਨਾਂ ਦਾ ਇਸ ਲਈ ਇਹ ਲੋਕ ਜਿਹੜੇ ਸਨ ਇਹਨਾਂ ਦਾ ਹੈ ਸੀ ਆਪਣੇ ਪੰਥ ਨਾਲ, ਕੌਮ ਨਾਲ ਕੋਈ ਹਮਦਰਦੀ ਜੀ। ਬਾਕੀ ਜਿਹੜੇ ਅੱਜ ਨਜ਼ਰ ਆ ਰਹੇ ਨੇ, ਚਾਹੇ ਦੋ ਪਾਰਟੀਆਂ ਹੋ ਗਈਆਂ ਤਿੰਨ ਹੋ ਜਾਣ, ਇਹਨਾਂ 'ਚ ਮੇਰੀ ਨਜ਼ਰ 'ਚ ਇੱਕ ਵੀ ਬੰਦਾ ਇਮਾਨਦਾਰ ਨਹੀਂ ਹੈ। ਜਿਹੜੇ ਜਿਹੜੇ ਹੁਣ ਧੜੇਬੰਦੀ ਹੋਈ ਆ, ਚੰਦੂ ਮਾਜਰਾ ਗਰੁੱਪ ਹੋ ਗਿਆ, ਬੀਬੀ ਜਗੀਰ ਕੌਰ ਹੋ ਗਈ, ਸਿਕੰਦਰ ਸਿੰਘ ਮਲੂਕਾ ਹੋ ਗਿਆ, ਸੁਰਜੀਤ ਸਿੰਘ ਰੱਖੜਾ ਹੋ ਗਈ, ਇੱਕ ਪਾਸੇ ਸੁਖਬੀਰ ਬਾਦਲ ਦਾ ਗਰੁੱਪ ਆ, ਕੀ ਭਵਿੱਖ ਕੀ ਲੱਗਦਾ ਤੁਹਾਨੂੰ ਅਕਾਲੀ ਦਲ ਦਾ? ਭਵਿੱਖ ਇਹ ਹੈ ਜੀ ਕਿ ਜੇਕਰ ਪਹਿਲੀ ਤਾਂ ਗੱਲ ਹੈ, ਜਿਹੜਾ ਗਰੁੱਪ ਲੜਕ ਹੋਇਆ ਜੇ ਇਹ ਕਹਿੰਦੇ ਅਸੀਂ ਸੈਕਰੀਫਾਈਸ ਕਰ ਰਹੇ ਹਾਂ, ਮੈਨੂੰ ਲੱਗਦਾ ਨਹੀਂ ਕਿ ਉਹ ਇਹਨਾਂ ਦੇ ਅੰਦਰ ਕੋਈ ਸੈਕਰੀਫਾਈਸ ਵਾਲੀ ਗੱਲ ਹੋਵੇ, ਕਿਉਂਕਿ ਇਹਨਾਂ ਨੂੰ ਵੀ ਚੌਧਰੀ ਚਾਹੀਦੀ ਹੈ। ਜਿਹੜਾ ਗਰੁੱਪ ਅੱਡ ਹੋਇਆ ਉਹਨਾਂ 'ਚ ਵੀ ਕੁਝ ਬੰਦੇ ਐਸੇ ਜਿਹਨਾਂ ਨੂੰ ਮੈਂ ਜਾਣਦਾ, ਉਹਨਾਂ ਦਾ ਵੀ ਨਜ਼ਰ ਜਿਹੜੀ ਹੈ ਪ੍ਰਧਾਨ ਕੁਰਸੀ 'ਤੇ ਆ, ਪ੍ਰਧਾਨਗੀ ਦੀ ਕੁਰਸੀ ਵਾਸਤੇ ਆ, ਬਸ ਸਾਨੂੰ ਕੁਰਸੀ ਮਿਲ ਜਾਵੇ, ਕੁਰਸੀ ਮਿਲ ਜਾਵੇ। ਰਹੀ ਗੱਲ ਸੁਖਬੀਰ ਬਾਦਲ ਦੀ, ਸੁਖਬੀਰ ਬਾਦਲ ਕੋਈ ਇੰਨਾ ਇੰਟੈਲੀਜੈਂਟ ਬੰਦਾ ਨਹੀਂ ਸੀਗਾ ਜਿਹੜੀ ਬਾਦਲ ਸਾਹਿਬ ਨੇ ਇਹਨੂੰ ਬੜੀ ਵੱਡੀ ਪਾਵਰ ਸੌਂਪ ਦਿੱਤੀ, ਉਹ ਇੰਨਾ ਲਾਇਕ ਬੰਦਾ ਹੈ ਨਹੀਂ। ਅੱਜ ਵੀ ਚਾਹੇ ਪਾਏ ਉਮਰ ਭਾਵੇਂ ਉਹਦੀ 50-55 ਸਾਲ ਜਾਂ 60 ਸਾਲ ਹੋ ਗਈ ਹੋਵੇ, ਪਰ ਉਹਦੇ 'ਚ ਅਜੇ ਵੀ ਮੈਚਿਓਰਿਟੀ ਨਹੀਂ ਆਈ, ਉਹ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਯੋਗ ਨਹੀਂ ਹੈਗਾ। ਉਹਨੂੰ ਵੀ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਨੂੰ ਲਾਲਚ, ਪ੍ਰਕਾਸ਼ ਸਿੰਘ ਬਾਦਲ ਨੇ ਠੀਕ ਹੈ ਸ਼ੁਰੂ ਦੇ ਵਿੱਚ ਅਕਾਲੀ ਦਲ ਦੀ ਰਹਿਨਮਾਈ ਠੀਕ ਕੀਤੀ ਹੈ ਅਤੇ ਪੰਜਾਬ ਨੇ ਵੀ ਉਹਦਾ ਸਾਥ ਦਿੱਤਾ, ਜਦੋਂ ਉਹਦੇ ਅੰਦਰ ਵੀ ਲਾਲਸਾ ਪੈਦਾ ਹੋ ਗਈ ਹੈ, ਸਵਾਏ ਉਹਨੇ ਆਪਣੀ ਪ੍ਰਾਪਰਟੀ ਬਣਾਉਣੀ ਜਾਂ ਆਪਣੇ ਹੱਥ 'ਚ ਸਾਰੀ ਪਾਵਰ ਰੱਖਣੀ, ਜਿਹੜਾ ਕੋਈ ਬੰਦਾ ਉਹਨੂੰ ਚੰਗੀ ਸਲਾਹ ਦੇ ਉਹਨੂੰ ਕੱਢ ਕੇ ਬਾਹਰ ਰੱਖਣਾ, ਬਾਹਰ ਦੇਣਾ, ਜਿਵੇਂ ਕਿ ਪਰ ਇੱਕ ਵਾਰੀ ਟੌੜਾ ਸਾਹਿਬ ਨੇ ਕਿਹਾ ਸੀਗਾ, ਬਾਦਲ ਸਾਹਿਬ ਜੇ ਤੁਹਾਡੇ ਕੋਲ ਦੋ ਅਹੁਦੇ ਨੇ, ਉਹਦੇ ਤੁਸੀਂ ਸੀ ਐੱਮ ਹੋ, ਉੱਧਰ ਅਕਾਲੀ ਦਲ ਪ੍ਰਧਾਨਗੀ ਹੈ, ਤੁਸੀਂ ਪ੍ਰਧਾਨਗੀ ਕਿਸੇ ਨੂੰ ਸੌਂਪ ਦਿਓ, ਥੋੜ੍ਹੀ ਪਾਵਰ ਹੀ ਦੇ ਦਿਓ। ਉਹ ਇਸੇ ਗੱਲ 'ਤੇ ਨਾਰਾਜ਼ ਹੋ ਗਏ ਨੇ ਟੌੜਾ ਸਾਹਿਬ ਦੇ ਗਏ, ਟੌੜਾ ਸਾਹਿਬ ਨੂੰ ਕੱਢ ਕੇ ਬਾਹਰ ਮਾਰਿਆ ਸੀ। ਬਹੁਤ ਸਾਰੀਆਂ ਗੱਲਾਂ ਯਾਦ ਨੇ, ਹੁਣ ਸਾਰਿਆਂ ਕੁਝ ਕਿਹਾ ਵੀ ਨਹੀਂ ਜਾ ਸਕਦਾ, ਉਮਰ ਵੀ ਇੰਨੀ ਮੇਰੀ ਹੋ ਗਈ ਬੋਲਣ 'ਚ। ਪਰ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਿਆ ਜਾ ਰਿਹਾ, ਪਰ ਉਹ ਨਹੀਂ, ਅਸਤੀਫਾ ਦੇ ਨਹੀਂ ਰਹੇ। ਬਹੁਤ ਭਾਰੀ ਗਲਤੀ ਕਰ ਰਿਹਾ ਅਸਲ ਸਹੀ ਗੱਲ, ਮੈਂ ਇਹਦੇ ਵਿੱਚ ਅਗਰ ਪੰਜਾਬ ਦਾ ਬੇੜਾ ਗਰਕ ਕਰ ਰਿਹਾ ਸੁਖਬੀਰ ਬਾਦਲ ਦਾ, ਅੱਜ ਅਗਰ ਸੈਕਰੀਫਾਈਸ ਕਰ ਜਾਵੇ ਨਾ ਤਾਂ ਇਹਦੀ ਇੱਜ਼ਤ ਰਹਿ ਜਾਏਗੀ, ਇਹਨਾਂ ਦੀ ਕੀਰਤੀ ਕਰਾਈ ਵੀ ਥੋੜ੍ਹੀ ਲੋਕ ਇਹਦੀ ਰਿਸਪੈਕਟ ਕਰਨ ਲੱਗ ਜਾਣਗੇ। ਪ੍ਰਕਾਸ਼ ਸਿੰਘ ਬਾਦਲ ਦੇ ਬਾਦਲ ਸਾਹਿਬ ਨੇ ਜਾਣ ਲੱਗੇ ਕੀ ਖੱਟਿਆ, 25 ਸਾਲ ਰਾਜ ਕਰਨ ਤੋਂ ਬਾਅਦ ਅਖੀਰ 'ਤੇ ਜਾ ਕੇ ਹਾਰ ਕੇ ਗਏ ਨੇ ਇੱਕ ਚੋਣ, ਹੈ ਇੱਕ ਅਸੈਂਬਲੀ ਚੋਣ 'ਚ ਹਾਰ ਗਏ, ਔਰ ਉਹ ਵੀ ਬੁਰੀ ਤਰ੍ਹਾਂ ਹਾਰੇ ਨੇ। ਉਹਦਾ ਕਾਰਨ ਇਹੀ ਸੀਗਾ ਕਿ ਇਹਨਾਂ ਦੀ ਸੋਚ ਬਦਲ ਚੁੱਕੀ ਸੀ, ਇਹਨਾਂ ਦੀ ਸੋਚ ਪੰਥਕ ਨਹੀਂ ਰਹੀ, ਇਹਨਾਂ ਦੀ ਸੋਚ ਜਿਹੜੀ ਇੰਡੀਵਿਜੁਅਲ ਆਪਣਾ ਜੋ ਕੋਈ ਬਣਾਉਣਾ ਉਹਦੇ ਉਹ ਸੋਚ ਸੀਗੀ, ਔਰ ਇਹਨਾਂ ਬਣਾਇਆ ਵੀ ਇਹ ਕੁਝ ਹੀ ਹੈ, ਲੁੱਟਿਆ ਪੰਜਾਬ ਨੂੰ, ਜ਼ਮੀਨਾਂ ਬਣਾ ਲਈਆਂ, ਜਾਇਦਾਦ ਬਣਾ ਲਈਆਂ। ਮੈਨੂੰ ਯਾਦ ਹੈ ਕੋਈ ਬਾਦਲ ਸਾਹਿਬ ਨੇ ਮੈਨੂੰ ਕਿਹਾ ਸੀਗਾ ਮੇਰੇ ਕੋਲ ਗੱਡੀ ਹੈ, ਮਾਜ਼ਦਾ ਮੇਰੀ ਉੱਥੇ ਖੜ੍ਹੀ ਹੈ, ਲੰਬੀ ਖੜ੍ਹੀ ਹੈ ਅਤੇ ਚੱਲਦੀ ਨਹੀਂ, ਕੋਈ ਡਰਾਈਵਰ ਨਹੀਂ ਮਿਲਦਾ, ਜੇ ਡਰਾਈਵਰ ਮਿਲਦਾ ਕੋਈ ਦਿੰਦਾ ਨਹੀਂ, ਅਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ, ਮੈਂ ਵਿੱਚ ਨਹੀਂ, ਮੈਂ ਕਿਹਾ ਮੈਂ ਲੈ ਲੈਂਦਾ। ਅਤੇ ਅੱਜ ਬਾਦਲ ਸਾਹਿਬ ਬੱਸਾਂ ਮੇਰੇ ਖਿਆਲ 400-500 ਕਿ ਕਿੰਨੀਆਂ ਹਜ਼ਾਰ ਬੱਸਾਂ ਨੇ, ਕਿੱਥੋਂ ਆ ਗਈਆਂ ਉਹ, ਕਿੱਥੋਂ ਆ ਗਈਆਂ? ਇੱਕ ਗੱਡੀ ਤੇਰੇ ਕੋਲ ਨਹੀਂ ਚੱਲਦੀ, 50,000 ਬੱਸਾਂ ਕਿੱਥੋਂ ਆ ਗਈਆਂ? ਮੇਰੇ ਘਰ ਆਏ ਸੀ ਬਾਦਲ, ਇੱਥੇ ਗੱਲਾਂ ਕੀਤੀਆਂ ਮੇਰੇ ਨੂੰ, ਆਏ ਤਾਂ ਆਪਣੀ ਗੱਲ ਨੂੰ, ਫਿਰ ਲੋੜ ਸੀ ਉਹਨਾਂ ਨੂੰ ਸੀ, ਉਹ ਸਮਝਦੀਆਂ ਗੱਲਾਂ ਨੇ। ਉਹ ਅਕਾਲੀ ਦਲ ਦੇ ਵਿੱਚ ਕਿਹੜੀਆਂ ਉਹ ਕਮੀਆਂ ਨੇ ਜਿਹੜਾ ਜਦੋਂ ਤੋਂ ਸੁਖਬੀਰ ਬਾਦਲ ਨੇ ਪ੍ਰਧਾਨਗੀ ਸਾਂਭੀ ਹੈ, ਕਿਹੜੇ ਉਹ ਫੈਸਲੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਨਿਗਾਰ ਵੱਲ ਲੈ ਕੇ ਆਉਂਦਾ ਤੁਹਾਡੇ ਹਿਸਾਬ ਨਾਲ? ਕਿਉਂਕਿ ਤੁਸੀਂ ਨੇ ਸਾਰਾ ਦੌਰ ਦੇਖਿਆ ਜਦੋਂ ਪਾਰਟੀ ਦੀ ਚੜ੍ਹਤ ਹੁੰਦੀ ਸੀ, ਅਕਾਲੀ ਦਲ ਤੋਂ ਕੇਂਦਰ ਕੰਬਦਾ ਸੀ, ਜਿਹੜੇ ਕੇਂਦਰ ਦੀ ਲੀਡਰਸ਼ਿਪ ਸੀ ਉਹ ਡਰਦੀ ਸੀ। ਬਿਲਕੁਲ, ਇਹਨਾਂ ਨੇ ਅਸਲ ਗੱਲ ਇਹ ਹੈ ਵੀ ਸੱਤਾ ਹੱਥ
ਹਾਸਲ ਕਰਨ ਵਾਸਤੇ, ਤਾਕਤ ਹਾਸਲ ਕਰਨ ਵਾਸਤੇ ਇਹਨਾਂ ਨੇ ਆਪਣਿਆਂ ਨੂੰ ਹੀ ਡੰਗ ਮਾਰਿਆ। ਬੀਜੇਪੀ ਦੇ ਨਾਲ ਜਿਹੜੇ ਅਲਾਇੰਸ ਕੀਤਾ ਇਹਨਾਂ ਨੇ, ਉਹ ਸਭ ਤੋਂ ਵੱਡੀ ਗਲਤੀ ਸੀ ਇਹਨਾਂ ਦੀ। ਇਹ ਚਾਹੁੰਦੇ ਸੀ ਕਿ ਸ਼ਾਇਦ ਉਸ ਪਾਰਟੀ ਨਾਲ ਸਾਡੀ ਨੇੜਤਾ, ਅਸੀਂ ਅਲਾਇੰਸ ਕਰ ਲਈਏ, ਸਾਡਾ ਕੁਝ ਇੰਡੀਆ ਦੇ ਵਿੱਚ ਸਾਡਾ ਕੁਝ ਆਧਾਰ ਬਣ ਜਾਏਗਾ। ਇਹ ਉਹਨਾਂ ਦੀ ਪੋਲਿਸੀ ਗਲਤ ਸੀਗੀ। ਉਹਨੂੰ ਸਿਰਫ ਪੰਜਾਬ ਤੱਕ ਸੀਮਤ ਰਹਿਣਾ ਚਾਹੀਦਾ, ਪੰਜਾਬ ਸੰਭਾਲਣਾ ਸੀ, ਸਿਰਫ ਪੰਜਾਬੀਅਤ ਨਾਲ ਹੀ ਗੱਲ ਕਰਦੇ। ਪੰਜਾਬੀ ਬਹੁਤ ਸਾਰੇ ਸੁਰਿੰਦਰ ਲੋਕ ਹੈਗੇ ਜੀ, ਇਮਾਨਦਾਰ ਔਰ ਸੱਚੇ ਸੁੱਚੇ। ਵੈਸੇ ਜੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਨੀਅਤ ਸਾਫ਼ ਹੁੰਦੀ, ਆਪਣੇ ਸਾਥੀਆਂ ਨੂੰ ਨਾਲ ਰੱਖਦਾ ਤੂੰ ਬੈਟਰ ਸੀਗਾ। ਉਹਨੇ ਸਾਥੀ ਸਾਰੇ ਹੀ ਜਿੰਨੇ ਕੁਰਬਾਨੀਆਂ ਕੀਤੀਆਂ, ਜਿਹਨਾਂ ਨੇ ਬਹੁਤ ਜ਼ਿੰਦਗੀ 'ਚ ਆਪਣੇ ਕੱਟਿਆ, ਇਹਨਾਂ 'ਤੇ ਸੰਤਾਂ ਦੇ ਵੀ ਅਗੇਂਸਟ ਪ੍ਰੋਪੋਗੈਂਡ ਕੀਤਾ ਵੀ ਸਾਨੂੰ ਜਾਨ ਸੰਤਾਂ ਤੋਂ ਖਤਰਾ, ਜਾਨ ਦਾ ਖਤਰਾ। ਇਹ ਵੀ ਸਾਡੀ ਗਲਤੀ ਸੀ। ਦੂਜੇ ਨੰਬਰ 'ਤੇ ਦੇਖ ਲਓ ਹੁਣ ਚੰਦੂ ਮਾਦਰ ਜਿਹੜਾ ਦੂਜੀ ਪਾਰਟੀ ਦਾ ਲੀਡਰ ਬਣਿਆ ਫਿਰਦਾ ਹੈ, ਹੈਂ, ਔਰ ਇਹਨੇ ਉਹ ਜਿਹੜਾ ਬਾਬਾ ਤੁਹਾਡਾ ਸੌਦਾ ਸਾਹਿਬ, ਹਾਂ, ਉਹਨੂੰ ਜਿਹੜੇ ਗੁਰੂ ਸਾਹਿਬ ਦੀ ਪੁਸ਼ਾਕ ਇਹ ਬਣਵਾ ਕੇ ਲੈ ਕੇ ਗਿਆ ਅਤੇ ਜੱਗ ਦਿੱਤੀ ਹੈ ਦਸਵੇਂ ਪਾਤਸ਼ਾਹ ਨਗਰ ਕਰਨ ਵਾਸਤੇ ਗੁਰੂ ਸਾਹਿਬ ਦੀ ਜਿਹੜੀ। ਜਦੋਂ ਮਾਫ਼ੀਨਾਮਾ ਵੀ ਹੋਇਆ ਤਾਂ ਉਦੋਂ ਸਪੋਰਟ ਕਰਦੇ ਰਹੇ ਨੇ ਕਿ ਬਹੁਤ ਵਧੀਆ ਫੈਸਲਾ, ਹਾਂ, ਉਦੋਂ ਬਹੁਤ ਫੜਿਆ ਫੈਸਲਾ। ਨਹੀਂ ਪਰ ਹੁਣ ਤਾਂ ਇਹ ਕਹਿੰਦੇ ਕਿ ਅਸੀਂ ਪੰਥ ਹਿਤੈਸੀ ਹਾਂ ਹੁਣ ਜਿਹੜੇ ਅਲੱਗ ਹੋ ਗਏ ਨੇ, ਕੀ ਇਸ ਦੇ ਨਾਲ ਅਕਾਲੀ ਦਲ ਦਾ ਸੁਧਾਰ ਹੋ ਸਕਦਾ, ਅਕਾਲੀ ਦਲ ਆਪਣੇ ਪੈਰਾਂ ਤੇ ਖੜਾ ਹੋ ਸਕਦਾ? ਇੱਕੋ ਹੀ ਫਾਰਮੂਲਾ ਜੀ ਹੋ ਸਕਦਾ ਹੈ, ਅਗਰ ਇਹ ਸੁਖਬੀਰ ਬਾਦਲ ਸੈਕਰੀਫਾਈਸ ਕਰ ਜਾਵੇ, ਅਸਤੀਫਾ ਦੇ ਦੇ, ਅਸਤੀਫਾ ਦੇ ਦੇ, ਫਿਰ ਸੈੱਟ ਹੋ ਜਾਏਗਾ, ਬਿਲਕੁਲ ਸੈੱਟ ਹੋ ਜਾਏਗਾ। ਆ ਜਾਣਗੇ ਲੀਡਰ, ਬਹੁਤ ਨੇ ਲੀਡਰ, ਕਿਹਾ ਮਤਲਬ ਵਰਕਰ ਬਹੁਤ ਨੇ, ਇਮਾਨਦਾਰ ਲੋਕ ਹੈਗੇ ਨੇ। ਅਜਿਹਾ ਕੋਈ ਲੱਗਦਾ ਤੁਹਾਨੂੰ ਹੁਣ ਦੀ ਨਜ਼ਰੀਏ ਦੇ ਵਿੱਚ ਜਿਹੜੇ ਹੁਣ ਐਕਟਿਵ ਲੀਡਰ ਨੇ, ਕੋਈ ਇਹਨਾਂ ਦੇ ਵਿੱਚੋਂ ਪਾਰਟੀ ਦਾ ਪ੍ਰਧਾਨ ਬਣਨ ਯੋਗ ਹੈ ਕੋਈ, ਚਾਹੇ ਦੋਵੇਂ ਧੜਿਆਂ 'ਚੋਂ ਲਾ ਲਓ? ਇਹਨਾਂ ਦੋਵਾਂ 'ਚ ਕੋਈ ਨਹੀਂ, ਬਾਹਰੋਂ ਲੈਣਾ ਪਊ, ਬਾਹਰੋਂ। ਨਵੀਂ ਜਨਰੇਸ਼ਨ, ਨੌਜਵਾਨ ਪੀੜ੍ਹੀ 'ਚ ਬਹੁਤ ਮੁੰਡੇ ਹੈਗੇ ਨੇ, ਬਹੁਤ ਸੁਲਝੇ ਹੋਏ ਹੈਗੇ ਨੇ, ਜਿਹਨਾਂ ਦਾ ਤਜਰਬਾ ਹੈ, ਐਕਸਪੀਰੀਅੰਸ ਹੈ, ਸੰਘਰਸ਼ ਵਿੱਚ ਵੀ ਰਹੇ ਨੇ, ਉਹਨਾਂ ਨੇ ਦੁੱਖ ਸੁੱਖ ਵੀ ਦੇਖਿਆ ਹੈ, ਉਹ ਪਾਰਟੀ ਨੂੰ ਬਚਾ ਵੀ ਸਕਦੇ ਨੇ, ਇਕੱਠ ਇਕੱਠਾ ਵੀ ਰੱਖ ਸਕਦੇ ਨੇ, ਹੈਗੇ ਨੇ, ਇਹ ਨੇੜੇ ਨਹੀਂ ਡਿੱਗਣ ਦਿੰਦੇ ਉਹਨਾਂ ਨੂੰ। ਮਾਸਟਰ ਤਾਰਾ ਸਿੰਘ ਦੇ ਨਾਲ ਤੁਸੀਂ ਕੰਮ ਕੀਤਾ ਬਹੁਤ ਸਮਾਂ, ਉਹਨਾਂ ਦੀ ਕਿਹੜੀਆਂ ਕਿਹੜੀਆਂ ਖੂਬੀਆਂ ਸੀ, ਕਿਵੇਂ ਉਹ ਵਰਕਰ ਦੇ ਨਾਲ ਲਾ ਕੇ ਰੱਖਦੇ ਸੀ ਉਹਨੂੰ ਆਪਣੇ ਦਿਲ ਦੇ ਨਾਲ, ਹੈ ਨਾ, ਕਿਹੜੇ ਕਿਹੜੇ ਉਹ ਗੱਲਾਂ ਸੀ ਜਿਹੜੀਆਂ? ਮੈਂ ਭਾਵੇਂ ਬਹੁਤ ਛੋਟਾ ਸੀ ਉਸ ਵੇਲੇ, 1947 ਮੇਰੀ ਉਮਰ 10 ਸਾਲ ਸੀ, ਬਚਪਨ ਸੀਗਾ, ਹੱਸੇ ਖੇਡਣ ਦਾ ਹੀ ਟਾਈਮ ਸੀਗਾ, ਖੇਡਦੇ ਰਹਿੰਦੇ, ਮਾਸਟਰ ਜੀ ਕੋਲ ਜਾਂਦੇ ਸੀ, ਅਤੇ ਉਸ ਵੇਲੇ ਦੇ ਜਿੰਨੇ ਵੀ ਪੁਰਾਣੇ ਲੀਡਰ ਨੇ, ਜਲਾਲ ਉਸਮਾ ਹੋਇਆ, ਮਜੈਲ ਹੋਇਆ, ਉਹ ਕੇਰ ਸਿੰਘ ਵਿਰਾਗੀ ਹੋ ਗਏ ਨੇ, ਬੜੇ ਵਿਰਾਗੀ ਸਾਹਿਬ ਸਾਰੇ, ਤੁਹਾਡਾ ਗੁਰਮੁਖ ਮੁਸਾਫਰ ਇਹ ਵੀ ਸਾਡੇ ਨੇੜੇ ਰਹਿੰਦਾ ਸੀ ਉੱਥੇ, ਹੋਰ ਜਿੰਨੇ ਪੁਰਾਣੇ ਲੀਡਰ ਨੇ, ਇਹਨਾਂ ਨੂੰ ਸਾਰੇ, ਈਵਨ ਕਿ ਗਿਆਨੇ ਆਪਣਾ ਪ੍ਰਤਾਪ ਸਿੰਘ ਕੈਰੋਂ ਵੀ ਉਦੋਂ ਮਾਸਟਰ ਜੀ ਕੋਲ ਬਹੁਤ ਆਉਣਾ ਜਾਣਾ ਸੀਗਾ, ਅਤੇ ਉਹਨਾਂ ਲੀਡਰਾਂ ਸਾਰਿਆਂ ਨੂੰ ਵੇਖਿਆ, ਉਹਨਾਂ ਦਾ ਜਿੰਨਾ ਜਿੰਨਾ ਕਰੈਕਟਰ, ਜਿੰਨੇ ਕੁ ਉਸ ਜਿੰਨੀ ਕੁ ਉਸ ਵੇਲੇ ਮੇਰੇ ਕੋਲ ਸਮਝ ਸੀ, ਉਸ ਮੁਤਾਬਕ ਮੈਂ ਨੋਟ ਕਰਦਾ ਹੁੰਦਾ ਸੀ, ਲਿਖਦਾ ਹੁੰਦਾ ਸੀਗਾ। ਹੁਣ ਸਾਰੀਆਂ ਗੱਲਾਂ ਕੀ ਦੱਸੀਏ, ਇੱਕ ਵਾਰੀ ਜਦੋਂ ਮਾਸਟਰ ਜੀ ਨੇ ਮਰਨ ਵਰਤ ਰੱਖਿਆ, ਅਤੇ ਉਹਨਾਂ ਨੇ ਨੰਬਰ 2 'ਤੇ ਜਿਸ ਬੰਦੇ ਨੂੰ, ਇਸ ਵੇਲੇ ਨਾਂ ਨਹੀਂ ਯਾਦ ਆ ਰਿਹਾ, ਉਹਨਾਂ ਨੂੰ ਕਹਿ ਦਿੱਤਾ ਵੀ ਮੇਰੇ ਤੋਂ ਬਾਅਦ ਇਹ ਬੰਦਾ ਮੇਰੀ ਜਗ੍ਹਾ 'ਤੇ ਅਕਾਲੀ ਦਲ ਪ੍ਰਧਾਨ ਹੋਏਗਾ। ਉਹ ਬੰਦਾ 2 ਦਿਨ ਬਾਅਦ ਅੱਜੀ ਉੱਥੇ ਨਰਿੰਦਰ ਸਿੰਘ ਤਾਲਬ ਦੀ ਕੋਠੀ, ਨਰਿੰਦਰ ਸਿੰਘ ਤਾਲਬ ਜੋ ਕਾਂਗਰਸ ਪ੍ਰੈਜੀਡੈਂਟ ਸੀ ਉਸ ਸਮੇਂ ਆਲ ਇੰਡੀਆ ਦਾ, ਤਾਲ ਦੀ ਕੋਠੀ 'ਤੇ ਉੱਥੇ ਇਕੱਠ ਹੋਇਆ, ਮੀਟਿੰਗ ਹੋਈ, ਸਾਰੇ ਇਕੱਠੇ ਹੋਏ, ਅਤੇ ਮੈਂ ਵੀ ਉੱਥੇ ਸੀਗਾ, ਮੇਰਾ ਬਚਪਨ ਇਹੋ ਜਿਹਾ ਸੀਗਾ, ਮੈਂ ਸਾਰਿਆਂ ਨਾਲ ਬਹਿਣਾ ਉੱਠਣਾ ਰੱਦ ਕਰ ਜਾਂਦਾ ਹੁੰਦਾ ਸੀ ਉਸ ਮਿਨਿਸਟਰੀ ਦੇ ਵਿੱਚ, ਅਤੇ ਉਸ ਬੰਦੇ ਨੇ ਜਾ ਕੇ ਕਿਹਾ ਤਾਲ, ਉਹਨਾਂ ਨੂੰ ਤਾਲ ਉਹਨੂੰ ਉਸ ਨਾ ਹੀ ਭੁੱਲ ਜਾਂਦਾ ਬੰਦੇ ਦਾ,
ਯਾਨੀ ਕਿ ਉੱਥੇ ਜਾ ਕੇ ਗੱਲ ਕਹੀਏ ਕਿ ਮੈਂ ਅਤੇ ਮਾਸਟਰ ਤਾਰਾ ਸਿੰਘ ਨੂੰ ਮੰਜੀ ਨਾਲ ਡਾਏ ਹਾਂ, ਹੁਣ ਨਹੀਂ ਆਉਂਦਾ। ਹਾਲੇ ਕਿ ਉਹ ਬੰਦਾ ਅਕਾਲੀ ਦਲ ਦਾ ਅਤੇ ਮਾਸਟਰ ਜੀ ਨੇ ਉਹਨੂੰ ਆਪਣੀ ਜਗ੍ਹਾ 'ਤੇ ਨੋਮੀਨੇਟ ਕੀਤਾ। ਸੋ ਇਹ ਪੁਰਾਣੀਆਂ ਗੱਲਾਂ ਨੇ, ਉਸ ਵੇਲੇ ਬਥੇਰੇ ਗਦਾਰ ਜੰਮੇ ਨੇ, ਪੈਦਾ ਹੋਏ ਨੇ ਜਿਹੜੇ ਮਾਸਟਰ ਤਾਰਾ ਨੂੰ। ਹੁਣ ਜ਼ਿਆਦਾ ਗਦਾਰ ਨਹੀਂ ਜਾਂ ਪਹਿਲਾਂ ਜ਼ਿਆਦਾ ਗਦਾਰ ਹੁੰਦੇ ਸੀ? ਹੁਣ ਤਾਂ ਸਿਰ ਲੰਘ ਗਿਆ, ਹੁਣ ਤਾਂ ਕਮੀ ਕੋਈ ਨਹੀਂ, ਉਦੋਂ ਇੱਕ ਅੱਧਾ ਹੁੰਦਾ ਸੀ, ਹੁਣ ਜ਼ਿਆਦਾ ਵੱਧ ਗਏ। ਹੁਣ ਤਾਂ ਪਰਸੈਂਟੇਜ ਹੀ ਗਿਣੀ ਨਹੀਂ ਜਾ ਸਕਦੀ, ਬਹੁਤ ਜ਼ਿਆਦਾ ਵੱਧ ਗਏ, ਬਹੁਤ ਜ਼ਿਆਦਾ ਹੋ ਗਏ ਨੇ। ਇਹਨਾਂ 'ਚ ਮੈਨੂੰ ਤਾਂ ਕੋਈ ਇਮਾਨਦਾਰ ਪਰਿਵਾਰਵਾਦ ਨੇ ਕਿੰਨਾ ਕੁ ਨੁਕਸਾਨ ਕੀਤਾ, ਬੜੀ ਚਰਚਾ ਹੁੰਦੀ ਹੈ, ਪਰਿਵਾਰਵਾਦ ਨੇ ਅਕਾਲੀ ਦਲ ਨੂੰ ਖਤਮ ਕੀਤਾ, ਸਾਰਾ ਖਤਮ ਹੀ ਕਰ ਲਿਆ, ਇਸੇ ਕਰਕੇ ਹੋਇਆ, ਪਰਿਵਾਰਵਾਦ ਕਰਕੇ ਸਾਰਿਆਂ ਨੇ ਕੀਤਾ। ਪੁੱਤ ਮੋਹ ਨੇ ਹੈ ਬਹੁਤ ਅੱਜ ਸਾਰਿਆਂ ਨੇ ਜਾਣਦਾ, ਢੇਂਡ ਸਿੰਘ ਨਾਲ ਬੜੀ ਨੇੜਤਾ ਸੀ ਮੇਰੀ, ਅਸੀਂ ਲੜਕਾ ਜਦੋਂ ਢੇਂਡ ਸਾਹਿਬ ਅਸੀਂ ਜਾਂਦੇ ਸੀ ਕਰਦੇ, ਉਦੋਂ ਇਹ ਮੁੰਡਾ ਇਹ ਸਾਨੂੰ ਪਾਣੀ ਸਰਵ ਕਰਦਾ ਸੀ, ਪਰਮਿੰਦਰ ਸਿੰਘ ਢੇਂਡ ਸਾਹਿਬ, ਪਰਮਿੰਦਰ ਢੇਂਡ ਸਾਹਿਬ, ਅੱਜ ਤਾਂ ਚੰਨੂ ਮਾਰੇ ਦਾ ਮੁੰਡਾ ਵੀ ਇੱਦਾਂ ਹੀ ਮੇਰੇ ਨਾਲ, ਇਹ ਤਾਂ ਡਰਦੇ ਹੁੰਦੇ ਸੀ ਮੇਰੇ ਕੋਲ। ਪਰਮਿੰਦਰ ਢੀਂਡਸੇ ਦਾ ਵੀ ਬਿਆਨ ਤੁਸੀਂ ਸੁਣਿਆ ਹੋਣਾ, ਕਹਿੰਦੇ ਪਛਤਾਵਾ ਬੜਾ ਹੋ ਰਿਹਾ, ਕਹਿੰਦੇ ਮੈਨੂੰ ਰੋਕਿਆ ਸੀ ਸੁਖਦੇਵ ਸਿੰਘ ਢੀਂਡਸੇ ਨੇ, ਨਾ ਜਾ ਸੁਖਵੀਰਪਾਲ ਦੀ ਪ੍ਰਧਾਨਗੀ 'ਚ ਔਖਾ ਹੋਵੇਗਾ, ਕਹਿੰਦਾ ਮੈਂ ਮੰਨੀ ਨਹੀਂ, ਕੱਲ੍ਹ ਰੋ ਪਏ ਇੱਕ ਇੰਟਰਵਿਊ ਦੇ ਵਿੱਚ ਆਪਣਾ ਪਰਮਿੰਦਰ ਢੀਂਡਸਾ। ਅੱਛਾ, ਕਹਿੰਦਾ ਮੈਨੂੰ ਰੋਕਿਆ ਸੀ ਬਾਪੂ ਨੇ ਪਰ ਮੈਂ ਰੋਕਿਆ ਨਹੀਂ, ਕਹਿੰਦਾ ਮੈਂ ਵੀ ਉਹਨੇ ਕਿਹਾ ਸੀ ਵੀ ਸੁਖਵੀਰਪਾਲ ਦੀ ਪ੍ਰਧਾਨਗੀ 'ਚ ਵਾਪਸ ਨਾ ਜਾ, ਮੁੜ ਕੇ ਔਖਾ ਹੋਵੇਗਾ। ਇਹ ਤਾਂ ਫਿਰ ਆਏ ਸੀ ਢੀਂਡਸਾ, ਫਿਰ ਵੀ ਚਲੋ ਇਹ ਮੁੰਡੇ ਨੂੰ ਜ਼ਿਆਦਾ ਲਾਲਚ ਪੈ ਗਿਆ ਅਤੇ ਬਾਪੂ ਨੇ ਜੋ ਲਾਲਚ ਕਿੰਨਾ ਕਾ ਹੁਣ ਦੇ ਅਕਾਲੀ ਲੀਡਰਾਂ ਦੇ ਵਿੱਚ, ਹਾਂਜੀ ਲਾਲਚ ਕਿੰਨਾ ਕਾ? ਅਤੇ ਕੋਈ ਇਹ ਤਾਂ ਕੋਈ ਇਹਦਾ ਕੋਈ ਪੈਰਾਮੀਟਰ ਹੈ ਨਹੀਂ ਕਿੰਨਾ ਕੁ ਲਾਲਚ ਹੈ। ਲਾਲਚ ਸਭ ਜਿੰਨੇ ਬੰਦੇ ਇਸ ਨਜ਼ਰ ਆ ਰਹੇ ਸਾਰੇ ਲਾਲਚੀ ਨੇ, ਕਿਸੇ 'ਚ ਕਮੀ ਨਹੀਂ ਹੈ ਸਾਡੀ ਨਿਗਾਹ ਦੇ ਵਿੱਚ। ਕਿਉਂਕਿ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਖਾੜਕੂ ਲਹਿਰ ਨਾਲ ਜੁੜਿਆ ਸੀਗਾ, ਸਾਡਾ ਇੰਨਾ ਸਿਆਸਤ ਮੈਨੂੰ ਆਉਂਦੀ ਨਹੀਂ, ਜੇ ਸਿਆਸੀ ਹੁੰਦੇ ਤਾਂ ਅਸੀਂ ਸਿਆਸਤ ਵੱਟਦੇ, ਕੁੱਟ ਵੀ ਨਾ ਨਹੀਂ ਖਾਂਦੇ। ਤੁਸੀਂ ਜੇਲ੍ਹਾਂ ਕੱਟੀਆਂ, 34 ਤੁਸੀਂ ਦੱਸ ਰਹੇ ਸੀ ਆਪਾਂ ਗੱਲ ਕਰ ਰਹੇ, 34 ਪਰਚੇ ਤੁਹਾਡੇ 'ਤੇ ਹੋਏ, ਫਿਰ ਜਦੋਂ ਸਰਕਾਰ ਆਈ ਅਕਾਲੀ ਦਲ ਦੀ, ਫਿਰ ਕਿਹਾ ਨਹੀਂ ਤੁਸੀਂ, ਤੁਹਾਡੇ ਮਨ 'ਚ ਨਹੀਂ ਆਇਆ ਵੀ ਮੈਂ ਵੀ ਸਿਆਸੀ ਕੋਈ? ਕਿਸੇ ਨੇ ਪੁੱਛਿਆ ਜੀ ਸਾਨੂੰ, ਕਿਸੇ ਨੇ ਪੁੱਛਿਆ। 10 ਮਹੀਨੇ ਮੇਰਾ ਮਕਾਨ ਇੱਥੇ ਸੀਲ ਹੋ ਗਿਆ, ਪੁਲਿਸ ਦਾ ਬਾਹਰ ਇੱਥੇ ਤੰਬੂ ਲਾ ਕੇ ਉਹਨੇ ਚੌਕੀ ਬਿਠਾ ਦਿੱਤੀ, ਮੇਰਾ ਟੱਬਰ ਰੁਲ ਗਿਆ। ਕਿਹੜੇ ਸਾਲ 'ਚ? ਹਾਂਜੀ ਕਿਹੜੇ ਸਾਲ 'ਚ? 92 'ਚ? 90-91 ਟੁੱਟ ਗਈ ਸੀ। ਉਹ ਕਿਉਂ ਲਾਈ ਸੀ NSA ਤੁਹਾਡੇ? ਮੈਨੂੰ ਤਾਂ ਆਪ ਨੀ ਪਤਾ ਕਿਉਂ ਲਾਈ ਸੀ, ਮੈਂ ਤੇ ਵੈਸੇ ਸਰਦੀ ਹੈ ਤੇ ਮੇਰੇ ਇੱਥੇ ਕੁਝ ਅਫਸਰ ਰਹਿੰਦਾ ਹੋਣਾ ਨੇੜੇ ਤੇੜੇ, ਵੈਸੇ ਤਾਂ ਮੇਰਾ ਮੇਲ ਮਿਲਾਪ ਸੀ ਉਹਦੇ, ਆਉਣਾ ਜਾਣਾ ਸੀ, ਉਹਨੂੰ ਕੋਈ ਡਰ ਨਹੀਂ ਲੱਗਿਆ, ਉਹਨੂੰ ਲੋਕਾਂ ਨੇ ਪਤਾ ਨਹੀਂ ਕੀ ਉਹਦੇ ਕੰਨ 'ਚ ਫੋਕ ਮਾਰਤੀ, ਤੂੰ ਕਿਤੇ ਗੁਣ ਕਰੇਨਾ, ਹੈਂ ਤੂੰ ਸੇਫ ਨਹੀਂ ਹੈ, ਤੁਰ ਤੁਰ ਜਾ, ਬਸ ਇੱਦਾਂ ਹੀ ਉਹਨੇ ਕਿਤੇ ਅੱਗੇ ਜੇ ਕਿਤੇ ਗੱਲ ਕੀਤੀ ਅੱਗੋਂ ਤੋਂ ਅੱਗੇ ਲਾਈ। ਇੱਥੇ ਮਿਸਟਰ ਕਲਸੀਆ ਹੁੰਦੇ ਸੀ SDM, ਇੱਥੇ ਉਹਨੇ ਲਾਈ ਮੇਰੇ 'ਤੇ NSA ਸਭ ਤੋਂ ਪਹਿਲਾਂ, ਪੰਜਾਬ ਤੁਹਾਡੇ 'ਤੇ ਲੱਗੀ, ਮੇਰੇ 'ਤੇ ਲੱਗੀ, ਫਿਰ ਚੱਲਿਆ ਦੌਰ ਅੱਗੇ। ਹਾਂ ਫਿਰ ਮੇਰੀ NSA ਰਿਵੋਕ ਕਰਾਈ ਸੀ ਇਹਨੇ, ਰਾਮੂ ਵਾਲੀਆਂ ਨੇ, ਬਲਵੰਤ ਸਿੰਘ ਰਾਮੂ। ਹਾਂ ਰਾਮੂ ਵਾਲੀਆ ਤੋਂ MP ਸੀਗਾ, ਅਤੇ ਮੈਂ ਬਹੁਤਾ ਰਾਮੂ ਵਾਲੇ ਨੇੜੇ ਨਹੀਂ ਸੀ, ਉਹ ਮੇਰੇ ਨਾਂ ਹੀ ਤੱਕ ਉਹਨੂੰ ਪਤਾ ਸੀਗਾ ਕਿ ਕੌਣ ਹੈ ਬੰਦਾ। ਅਤੇ ਮੈਂ ਇੱਥੇ ਜੇਲ੍ਹ ਤੋਂ ਮੈਨੂੰ ਲੈ ਕੇ ਗਏ ਸੀ ਅਤੇ 16 ਹਸਪਤਾਲ ਥੋੜ੍ਹੀ ਟ੍ਰੀਟਮੈਂਟ ਵਾਸਤੇ, ਅਤੇ ਜਿਹੜੀ ਗੜ੍ਹ ਜਾਂਦੀ, ਗੜ੍ਹ ਦੇ ਵਿੱਚ ਕਈ ਮੁਲਜ਼ਮ ਨਾਲ ਜਾਂਦੇ ਨੇ, ਉਹਨਾਂ ਦੇ ਮੁਲਾਜ਼ਮ ਵੀ ਹੁੰਦੇ, ਮੁਲਜ਼ਮ ਵੀ ਹੁੰਦੇ ਨੇ। ਅਤੇ ਮੈਨੂੰ 16  'ਚ ਉਤਾਰ ਕੇ ਅਤੇ ਉਹ ਅੱਗੇ PGI ਚਲੇ ਗਏ, 16 ਦੇ ਵਿੱਚ ਮੈਂ ਚੈੱਕਅਪ ਕਰਾਇਆ ਅਤੇ ਵਾਪਸ ਆ ਗਏ,
ਬਾਹਰ ਰੋਡ 'ਤੇ ਆ ਗਏ, ਰੋਡ 'ਤੇ ਖੜ੍ਹੇ ਸੀ, ਵੇਟ ਕਰ ਰਹੇ ਸੀ ਬਈ ਪਿੱਛੋਂ ਗੱਡੀ ਆ ਰਹੀ, ਕਰ ਦਿਓ ਉਹਨਾਂ ਜਾਣਾ ਵਾਪਸ ਬੜਾਇਲ ਜੇਲ੍ਹ 'ਚ। ਅਤੇ ਇੰਨੇ ਚਿਰ ਉੱਥੋਂ ਰਾਮੂ ਵਾਲੀ ਦੇ ਗੱਡੀ ਲੰਘੀ, ਕਾਫੀ ਫਲੀਟ ਉਹਦੇ ਸਿਕਿਉਰਿਟੀ ਅੱਗੇ ਪਿੱਛੇ ਵੀ ਨਾਲ ਸੀਗੇ। ਥੋੜ੍ਹੀ ਦੂਰ ਜਾ ਕੇ ਉਹਨਾਂ ਬ੍ਰੇਕਾਂ ਮਾਰੀਆਂ, ਗੱਡੀਆਂ ਵਾਪਸ ਆ ਗਈਆਂ, ਕਿਉਂਕਿ ਉਹਦੇ ਨਾਲ 3-4-5 ਗੱਡੀਆਂ ਫੋਰਸ ਨਾਲ ਸੀ, ਉਹ ਫੋਰਸ ਕਰਕੇ ਮੈਂ ਥੋੜ੍ਹਾ ਸੋਚਿਆ, ਮੈਂ ਕਿਹਾ ਇਹ ਮੈਨੂੰ ਮੇਰੇ ਕਰਕੇ ਯਾਰ ਫੜਨ ਵਾਸਤੇ ਆਉਂਦੇ ਨੇ, ਮੇਰੇ ਕੋਲ ਇੱਕ ਕੇਸ ਛੱਡਦੇ ਦੂਜੇ ਫੜ ਲੈਂਦੇ ਨੇ, ਮੇਰੇ ਕਈ ਕੇਸਾਂ ਜਿੰਦਗੀ ਹੈ, ਫਟਾਫਟ ਦੂਜੇ ਜ਼ਿਲ੍ਹੇ ਵਾਲੇ ਮਿੰਟ ਲੈ ਕੇ ਆਉਂਦੇ ਸੀਗੇ। ਮੈਂ ਕਿਹਾ ਇੱਦਾਂ ਦੇ ਕੋਈ ਕੇਸ ਇਹਨਾਂ ਲੈ ਕੇ ਆਉਣਾ ਵੀ ਆ ਗਿਆ ਬੰਦਾ ਇੱਥੋਂ ਲੈ ਜਾਓ ਜੀ। ਉਹ ਜਦੋਂ ਉਤਰਿਆ ਤਾਂ ਰਾਮੂ ਵਾਲੀ ਆ ਉਤਰ ਕੇ ਆ ਕੇ ਮੇਰੇ ਕੋਲ ਆਇਆ, ਤੁਹਾਨੂੰ ਬੁਲਾਇਆ, ਮੈਨੂੰ ਕਹਿੰਦਾ ਤੁਹਾਡੇ ਯਾਰ ਟਿੰਡੋਂ ਤੇਰੀ ਐਨ ਐਸ ਏ ਟੁੱਟੀ ਨਹੀਂ ਅਜੇ ਹੋਈ ਨਹੀਂ। ਮੈਂ ਉਹਨੂੰ ਕਹਿੰਦਾ ਨਹੀਂ, ਮੈਂ ਕਿਹਾ ਕੀ ਫਰਕ ਪੈਂਦਾ ਸਾਨੂੰ ਐਨ ਐਸ ਏ ਨਾਲ, ਜੋ ਮੈਂ ਹੋਰ ਤਰ੍ਹਾਂ ਬੋਲਿਆ ਉਹਨੇ ਫੀਲ ਕੀਤਾ ਨਹੀਂ। ਮੈਨੂੰ ਕਹਿੰਦਾ ਮੈਂ ਦਿੱਲੀ ਜਾ ਰਿਹਾ ਅਤੇ ਪਰਸੋਂ ਵਾਪਸ ਆ ਕੇ ਮੈਂ ਇੱਥੇ ਡੀ ਸੀ ਨਾਲ ਗੱਲ ਕਰਾਂਗਾ। ਅਤੇ ਮੈਂ ਉਹਨੂੰ ਥੋੜ੍ਹਾ ਜਿਹਾ ਬੇਫਿਕਰੀ ਗਿਆ, ਮੈਂ ਕਿਹਾ ਨਾ ਸਾਨੂੰ ਕੀ ਫਰਕ ਪੈਂਦਾ, ਇਹ ਸਾਲ ਰਹੀਏ 2 ਸਾਲ ਤਾਂ ਕਿ ਬਈ ਉਹ ਥੋੜ੍ਹਾ ਡਰ ਗਿਆ ਕਿ ਇਹਨੇ ਗੁੱਸਾ ਕਰ ਲਿਆ। ਉਹ ਫਿਰ ਗਿਆ ਨਹੀਂ, ਦਿੱਲੀ ਨਹੀਂ ਗਿਆ, ਉਹ ਸਿੱਧਾ ਰੋਪੜ ਗਿਆ ਅਤੇ ਉੱਥੇ ਜਾ ਕੇ ਉਹਨੇ ਪਤਾ ਨਹੀਂ ਕੀ ਗੱਲ ਕੀਤੀ। ਨਹੀਂ ਜਦੋਂ ਘਰ ਸੀਲ ਕਰਤਾ ਸੀ ਪੁਲਿਸ ਦਾ ਬਾਹਰ ਪੈਰਾ ਹੁੰਦਾ ਸੀ ਜਿੱਥੇ ਆਪਾਂ ਬੈਠੇ ਹਾਂ, ਹਾਂਜੀ ਕੀ ਹਾਲਾਤ ਸੀ ਉਦੋਂ? ਹਾਲਾਤ ਹੁਣ ਮੇਰੇ ਤਾਂ ਮਾੜੇ ਹੀ ਸਨ, ਜੇਲ੍ਹ ਦੇ ਵਿੱਚ ਬੰਦ ਸੀ, ਸਭ ਪਾਸੇ ਮਾੜੇ ਸਨ, ਜੇਲ੍ਹ 'ਚ ਬੰਦ ਸੀ, ਮੈਂ ਉਦੋਂ ਜੇਲ੍ਹ 'ਚ ਸੀਗਾ। ਹਾਂ ਬੱਚੇ ਛੋਟੇ ਹੋਣਗੇ, ਬੜਾ ਔਖਾ ਸਮਾਂ ਹੁੰਦਾ, ਛੋਟੇ ਸੀ 84 ਦੇ ਵਿੱਚ, ਇਹ 6 ਸਾਲ ਦਾ ਸੀ ਜੋ ਪਹਿਲੀ ਦਫ਼ਾ ਇਹਨੂੰ ਫੜਨ ਵਾਸਤੇ ਵਾਈ ਪੀ ਐੱਸ ਸਕੂਲ 'ਚ ਘੇਰਾ ਪਾਇਆ ਮੈਨੂੰ ਲੱਭਣ ਵਾਸਤੇ। ਉਦੋਂ ਮੈਂ ਅੰਡਰਗਰਾਊਂਡ ਸੀਗਾ ਅਤੇ ਮੈਂ ਕਾਬੂ ਨਾ ਆਇਆ ਇਹਨਾਂ ਦੇ, ਅਤੇ ਉਹਨਾਂ ਨੇ ਇਹਨੂੰ ਫੜਨ ਵਾਸਤੇ ਸਕੂਲ 'ਚ ਘੇਰਾ ਪਾ ਲਿਆ ਜਾ ਕੇ। ਉਹ ਤਾਂ ਬਾਈ ਚਾਂਸ ਪ੍ਰਿੰਸੀਪਲ ਨੂੰ ਪਤਾ ਲੱਗ ਗਿਆ, ਉਹਨੇ ਫਟਾਫਟ ਗਵਰਨਰ ਨੂੰ ਅਪਰੋਚ ਕੀਤਾ ਅਤੇ ਪਰਸੋਂ ਤਾਂ ਬੱਚਿਆਂ ਦੀ ਪੜ੍ਹਾਈ 'ਤੇ ਵੀ ਫਰਕ ਪਿਆ ਕੁਛ ਜ਼ਿੰਦਗੀ ਪਹਿਲਾਂ ਜੀ ਪਿਆ ਕੋਈ ਹੁੰਦਾ ਜੀ, ਬੱਚਿਆਂ ਨੇ ਪੜ੍ਹਾਈ ਇਸ ਤਰ੍ਹਾਂ ਫਰਕ ਪਿਆ ਕਿ ਮੈਂ ਬੱਚੇ ਪੜ੍ਹਾਉਂਦਾ ਸੀ ਵਾਈ ਪੀ ਐੱਸ ਅਤੇ ਮੇਰੇ ਹਾਲਾਤ ਇੰਨੇ ਕਮਜ਼ੋਰ ਕਰ ਦਿੱਤੇ ਕਿ ਮੈਂ ਫੀਸ ਨਾ ਦੇ ਸਕਾਂ, ਪਹਿਲੇ ਇੱਕ ਵਾਈ ਪੀ ਐੱਸ ਸਕੂਲ ਮੈਂ ਬਣਾਇਆ ਅਤੇ ਕੰਸਟਰਕਟ ਮੈਂ ਕੀਤਾ, ਗੁਰੂ ਗੋਬਿੰਦ ਸਿੰਘ ਕਾਲਜ ਮੈਂ ਬਣਾਇਆ, ਬਹੁਤ ਅੱਛਾ ਕੰਮ ਸੀ ਮੇਰਾ। ਕਹਿੰਦੇ ਜਦੋਂ ਉਹ ਇੰਟੈਰੋਗੇਟ ਕਰਦੀ ਸੀ ਪੁਲਿਸ ਦੇ ਵਿੱਚ, ਕਈ ਵਾਰ ਦਿਮਾਗ 'ਚ ਕੀ ਚੱਲਦੀ ਹੁੰਦੀ ਸੀ ਗੱਲਾਂ? ਕਈ ਵਾਰ ਐਵੇਂ ਹੁੰਦਾ ਵੀ ਨਹੀਂ ਬਸ ਹੁਣ ਤਾਂ ਬਸ ਗਏ, ਕਿਸ ਤਰੀਕੇ ਦਾ ਇੰਟੈਰੋਗੇਟ ਕਰਦੇ ਸੀ? ਇਸ ਤਰ੍ਹਾਂ ਜੀ ਕਿ ਆਪੋ ਆਪਣੀ ਸੋਚ ਹੈ, ਕਈ ਦਿਮਾਗ 'ਚ ਕਈ ਜਾਂ ਕੋਈ ਉਸ ਸਮੇਂ ਦੌਰਾਨ ਅਜਿਹੀ ਕੋਈ ਚੀਜ਼ ਆਈ ਹੋਵੇ, ਕਿਉਂਕਿ ਉਸ ਸਮੇਂ ਮੁਕਾਬਲੇ ਬਹੁਤ ਹੁੰਦੇ ਸੀ। ਮੁਕਾਬਲੇ ਬਹੁਤ ਮੇਰੇ ਨਾਲ ਕਈ ਵਾਰੀ ਹੋਇਆ, ਇੱਕ ਵਾਰ ਤਾਂ ਮੈਨੂੰ ਇਹਨਾਂ ਨੇ ਆਪਣੇ ਨੂੰ ਮਾਰ ਦਿੱਤਾ ਸੀ ਖਤਮ ਕਰਕੇ, ਅਤੇ ਇਹਨੇ ਸਮੀਰ ਸੈਣੀ ਨੇ ਕਿਹਾ ਵੀ ਇਹਨੂੰ ਬੋਰੀ 'ਚ ਪਾ ਕੇ ਅਤੇ ਪਾਕੜੇ ਸੁੱਟੋ, ਸਮੀਰ ਸੈਣੀ ਨੇ। ਪਰ ਉੱਥੇ ਸਟਾਫ ਜਿਹੜਾ ਸੀ, ਉਸ ਸਟਾਫ ਦੇ ਵਿੱਚ ਮੇਰੇ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਮੇਰੀ ਇੱਜ਼ਤ ਕਰਦੇ ਸਨ ਕਿਸੇ ਕਾਰਨ ਕਰਕੇ, ਬੋਰੀ 'ਚੋਂ ਬੰਦ ਕਰਕੇ ਲੈ ਗਏ ਸੀ ਵੀ ਸੁੱਟਿਓ ਪਾਕੜੇ 'ਚ। ਹਾਂ, ਅਤੇ ਉਹਨਾਂ ਨੇ ਜਦੋਂ ਇਹ ਚਲਾ ਗਿਆ ਉੱਥੇ ਆਰਡਰ ਦੇ ਕੇ, ਅਤੇ ਉਹਨਾਂ ਨੇ ਫਿਰ ਮੇਰਾ ਸਰੀਰ ਹਿਲਾਇਆ, ਦੇਖਿਆ ਸੁਣ ਕੇ ਵੀ ਇਹਦੇ ਜਾਨ ਹੈਗੀ ਹੈ, ਉਹਨਾਂ ਫਟਾਫਟ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਅੰਦਰੋਂ ਹੀ। ਇੱਕ ਬੰਦਾ ਇਹਨਾਂ ਕੋਲ ਅੰਦਰ ਇੱਥੇ ਸੀ ਏ ਸਟਾਫ ਸੀਗਾ, ਉਹ ਸੀ ਪੁਲਿਸ ਦੇ ਵਿੱਚ ਹੌਲਦਾਰ ਹੀ, ਇਹਨਾਂ ਦਾ ਡਰਾਈਵਰ ਸੀਗਾ, ਅਤੇ ਉਹ ਥੋੜ੍ਹਾ ਮੈਂਟਲ ਹੋ ਗਿਆ ਸੀ, ਮੈਂਟਲ ਇਸ ਕਰਕੇ ਹੋਇਆ ਕਿ ਉਹਦਾ ਭਰਾ ਵੀ ਇਹਨਾਂ ਨੇ ਪੁਲਿਸ ਵਾਲੇ ਨੇ ਐਜ਼ ਏ ਟੈਰਰਿਸਟ ਕਹਿ ਕੇ ਮਾਰ ਦਿੱਤਾ, ਉਹਦਾ ਸ਼ੌਕ ਲੱਗਿਆ ਉਹਨੂੰ। ਹੁਣ ਉਹਨੂੰ ਸੀ ਏ ਸਟਾਫ 'ਚੋਂ ਬਾਹਰ ਜਾਣ ਨਹੀਂ ਦਿੰਦੇ, ਅੰਦਰ ਹੀ ਰਹਿੰਦੇ, ਅੰਦਰ ਇਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਪੁਲਿਸ ਨੂੰ ਸਾਰਿਆਂ ਨੂੰ। ਉਸ ਬੰਦੇ ਨੇ ਬੜੀ ਸੇਵਾ ਕੀਤੀ ਮੇਰੀ,
ਇੱਕ ਮਦਰਾਸੀ ਸੀ ਕੋਕੋ, ਉਹਨੇ ਬੜੀ ਸਿਆਖ ਕੀਤੀ ਇਹਨਾਂ, ਫਿਰ ਪਤਾ ਨਹੀਂ ਕਿੱਥੋਂ ਟੈਬਲੇਟ ਲਿਆਂਦੀਆਂ, ਪਹਿਲਾਂ ਤੇਲ ਗਰਮ ਕਰਕੇ ਬੰਦੇ ਮੋਲਦੇ ਰਹੇ, ਮੈਨੂੰ ਤਾਂ ਪਤਾ ਲੱਗਿਆ 4 ਦਿਨ ਬਾਅਦ ਹੋਸ਼ ਆਈ, 4 ਦਿਨ ਬਾਅਦ ਹੋਸ਼। ਸੈਣੀ ਨੇ ਖੁਦ ਕੀਤਾ ਸੀ ਤੁਹਾਨੂੰ ਤੁਸੀਂ? ਹਾਂ ਜੀ ਹਾਂ, ਬਹੁਤ ਇੰਤਾ। ਕਿਵੇਂ ਕੁੱਟਿਆ ਸੈਣੀ ਨੇ? ਹੁਣ ਕੀ ਦੱਸੀ ਕਿਵੇਂ ਕੁੱਟਿਆ, 6-7 ਬੰਦੇ ਡਾਂਗਾਂ ਲਏ ਨੇ, ਚਾਰੇ ਪਾਸੇ ਦੇ ਤੇ ਮਾਰੀ, ਸੈਣੀ ਮੂਹਰੇ ਖੜਾ ਸੀ, ਸੈਣੀ ਮੂਹਰੇ ਖੜਾ, ਆਪ ਵੀ ਮਾਰਦਾ ਸੀ ਉਹ ਪੁੱਠਾ ਟਿੱਕ, ਹਾਂ ਵੀ ਮਾਰਦਾ ਸੀ, ਮੇਰੇ ਪੈਰਾਂ ਥੱਲੇ 50-50 ਡਾਂਗਾਂ ਇੱਕ ਇੱਕ ਪੈਰ ਨੂੰ ਮਾਰਦੇ, ਮੇਰੀ ਆਈਸ਼ਾਟ ਖਤਮ ਹੋ ਗਈ ਸੀ, ਮੈਨੂੰ ਬਿਜਲੀ ਸ਼ਾਰਟ ਬਹੁਤ ਮਾਰੇ ਨੇ ਅਤੇ ਰਿੰਗ ਪਾਰਨਰ, ਈਵਨ ਕਿ ਇੰਦਰੀ 'ਤੇ ਵੀ ਸ਼ਦਤ ਤਾਂ ਬਹੁਤ ਕੀਤਾ। ਪਰ ਫਿਰ ਉਹੀ ਪੰਥਕ ਸਰਕਾਰ ਨੇ ਤੁਹਾਨੂੰ ਡੀ ਜੀ ਪੀ ਬਣਾਇਆ ਸਰਕਾਰ 'ਚ ਆਪਣੇ, ਇਹੋ ਤਾਂ ਦੁੱਖ ਤਾਂ ਇਸੇ ਗੱਲ ਦਾ ਹੀ ਹੈ, ਨਫ਼ਰਤ ਕਿਹੜੀ? ਬਾਦਲ ਨੂੰ ਫਿਰ ਮਿਲੇ ਨੀ ਤੁਸੀਂ? ਤੁਸੀਂ ਜੇਲ੍ਹਾਂ ਕੱਟੀਆਂ ਵੀ ਦੱਸਿਆ ਨੀ ਵੀ ਇਹ ਤਾਂ ਪਤਾ ਨੂੰ ਸਭ ਪਤਾ ਹੈ, ਪ੍ਰਕਾਸ਼ ਸਿੰਘ ਦੀ ਬਾਦਲ ਦੀ ਕੋਠੀ ਹੈ ਸੈਕਟਰ 9 'ਚ, 256 ਨੰਬਰ, ਅਤੇ 257 ਨੰਬਰ ਕੋਠੀ ਮੇਰੀ ਭੈਣ ਦੀ ਹੈ, ਉੱਥੇ ਪਹਿਲਾਂ ਇਕੱਠੇ ਬਹਿੰਦੇ ਰਹੇ, ਆਉਂਦੇ ਉਧਰ ਆਉਣਾ ਜਾਣਾ ਸੀ ਮੇਰੇ 84 ਤੋਂ ਪਹਿਲਾਂ ਤਾਂ ਕਾਫੀ ਵਾਕਫ ਸੀ, ਬਾਅਦ 'ਚ ਵੀ ਪਤਾ ਹੈ ਤਾਂ ਸਹੀ, ਮੇਰਾ ਨਾਂ ਤਾਂ ਪਤਾ ਸੀ ਬਾਦਲ ਨੂੰ ਚੰਗੀ ਤਰ੍ਹਾਂ, ਮੈਂ ਦੱਸਿਆ ਬਸ ਪਤਾ ਸਭ ਕੁਝ ਹੁੰਦਾ ਇਹਨਾਂ ਨੂੰ, ਜਦੋਂ ਮੇਰੇ ਘਰ ਵੀ ਆਇਆ ਅਤੇ ਐਵੇਂ ਉਹ ਪਪਲੀਆਂ ਮਾਰਦਾ ਆਇਆ ਅਤੇ ਆਪਣੇ ਮਤਲਬ ਸੀਗਾ, ਕੋਈ ਆਪ ਨੂੰ ਤਕਲੀਫ ਸੀ, ਇਹਦੇ ਮਾਰੀ ਜਾਓ ਗੱਡੀ ਆ ਜੀ, ਇਹਦੇ ਆਓ ਦੱਸੋ ਜੀ ਵੇਚਣੀ ਹੈ, ਪਾਗਲ ਮੈਂ ਕਹਿ। ਇਹੀ ਸਾਰੇ ਮਸਲੇ ਨੇ, ਜਿਵੇਂ ਸਮੇਤ ਸੈਣੀ ਵਾਲਾ ਹੋ ਗਿਆ, ਡੇਰਾ ਸੌਦਾ ਸਾਧ ਨੂੰ ਮਾਫੀ ਦੇ, ਇਹ ਚੀਜ਼ ਨੇ ਸਾਰਾ ਗਰਕ ਕੀਤਾ ਅਕਾਲੀ ਦਲ। ਔਰ ਇੱਕ ਨਹੀਂ ਗਾ, ਇਹਦੇ ਕੋਈ ਗਿਣਤੀ ਹੀ ਇਹਨੇ ਜਿਹੜੀ ਇਹਨੇ ਗਦਾਰੀ ਕੀਤੀ, ਕੋਈ ਗਿਣਤੀ ਉਹ ਨਹੀਂ ਨਾ। ਪਹਿਲੀ ਤਾਂ ਗੱਲ ਸਿੱਖੀ ਸਿਧਾਂਤ ਅਨੁਸਾਰ ਹੈ, ਕਿਸੇ ਵੀ ਆਹ ਜਿਹੜੇ ਪਖੰਡੀ ਬਾਬੇ ਸਾਹਿਬ ਨੇ ਉਹਨਾਂ ਨੂੰ ਜਾ ਕੇ ਪੈਰੀ ਬਹਿਣਾ, ਅੱਜ ਉਹਦੇ 'ਤੇ ਕੀ ਕਹਿੰਦੇ ਸ਼ਿਵਲਿੰਗ 'ਤੇ ਜਾ ਕੇ ਦੁੱਧ ਪਾਉਣਾ, ਇਹ ਸਾਰਾ ਕੁਝ ਕਰਦੇ ਨੇ, ਸੁਖਵੀਰ ਵੀ ਕਰਦਾ ਸੀ, ਘਰ ਵਾਲੀ ਵੀ ਕਰਦੀ, ਪ੍ਰਕਾਸ਼ ਸਿੰਘ ਬਾਦਲ ਵੀ ਉਹਦੇ ਸਾਹਿਬ ਦੇ ਪੈਰਾਂ 'ਚ ਬੈਠਾ ਦੇਖਿਆ, ਫੋਟੋਆਂ ਹੈਗੀਆਂ ਲੋਕਾਂ ਕੋਲ, ਪਰੂਫ ਹੈ ਸਾਰਾ। ਇਹ ਲੋਕ ਕਿੱਥੇ ਸਿੱਖੀ ਨੂੰ ਪਸੰਦ ਰਹੇ, ਕੌਮ ਨੂੰ ਕਿਵੇਂ ਪਸੰਦ ਆਊ, ਇਹ ਕਿਵੇਂ ਧੋਤੇ ਧੋਤੇ ਜਾਣਗੇ, ਕਦ ਵਸ ਜਾਂਦੇ ਸੀ ਉਹਦੇ ਮਨ ਦੁਖਦਾ ਜਦੋਂ ਅਕਾਲੀ ਦਲ ਟੁੱਟਦਾ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪਾਂ ਦੀ ਇਹ ਬੇਦਬੀ ਕਰਕੇ ਸਭ ਕੁਝ ਹੋ ਗਿਆ, ਲੋਕਾਂ ਨੂੰ ਆਪਣੇ ਮੁੰਡੇ ਫੜ ਕੇ ਕੁੱਟੀ ਗਏ, ਮਾਰੀ ਗਏ ਨੇ, ਕੇਸ ਨਹੀਂ, ਕੋਈ ਇਨਕੁਆਇਰੀ ਨਹੀਂ ਕੀਤੀ, ਅੱਜ ਤੱਕ ਨਹੀਂ ਕੀਤੀ, ਆਪਣੇ ਬੰਦੇ ਉਹਨਾਂ 'ਤੇ ਕੇਸ ਪਾਈ ਜਾਂਦੇ ਆ। ਗੱਲ ਹੈ ਵੀ ਇਹਨਾਂ ਦੇ ਗੁਨਾਹ ਇੰਨੇ ਗੁਨਾਹ ਨੇ ਨਾ, ਸਹੀ ਗੱਲ ਹੈ, ਕੌਮ ਮਾਫ਼ ਨਹੀਂ ਕਰ ਸਕਦੀ, ਬਹੁਤ ਜ਼ਿਆਦਾ ਗੁਨਾਹ ਕੀਤਾ। ਉਹ ਜਿਹੜੇ ਲੀਡਰ ਸੀ ਜਿਵੇਂ ਤੁਸੀਂ ਜੇਲ੍ਹਾਂ ਕੱਟੀਆਂ, ਫਿਰ ਉਹ ਮਨ ਵੀ ਦੁਖਦਾ ਵੀ ਅਕਾਲੀ ਦਲ ਅੱਖਾਂ ਸਾਹਮਣੇ ਸਾਡੇ ਚੜ੍ਹਦੀ ਕਲਾ 'ਚ ਸੀ, ਅੱਜ ਜਮੀ ਢਹਿ ਢੇਰੀ ਹੋਏ ਬੈਠੇ ਆ, ਕੋਈ ਫਰਕ ਨਹੀਂ ਹੈ। ਕੀ ਮੈਂ ਤੇ ਕਈ ਵਾਰੀ ਗੱਲ ਦਿਲ 'ਚੋਂ ਭਾਵਕ ਹੋ ਜਾਂਦਾ, ਦਿਲ ਦੁਖੀ ਹੁੰਦਾ ਸਾਰੀਆਂ ਗੱਲਾਂ ਕਰਕੇ ਦੱਸ ਕੇ, ਅਸੀਂ ਤਾਂ ਅਸੀਂ ਤਾਂ ਕੁੱਟਾਂ ਖਾਧੀਆਂ ਜੀ, ਸਿੱਧੀ ਗੱਲ ਹੈ, ਪੰਥ ਵਾਸਤੇ, ਕੌਮ ਵਾਸਤੇ, ਧਰਮ ਵਾਸਤੇ, ਹੱਕਾਂ ਵਾਸਤੇ ਲੜਾਈ ਤਾਂ ਅਨੰਦਪੁਰ ਮਤੇ ਦੀ ਸੀ, ਮਨਾਉਂਦੀ ਸੀ। ਅਨੰਦਪੁਰ ਦਾ ਮਤਾ ਕਿਉਂ ਭੁੱਲ ਗਈ ਪਾਰਟੀ? ਜਾਣ ਕੇ ਭੁੱਲ ਗਿਆ, ਭੁੱਲ ਕਾਹਨੂੰ ਗਏ ਨੇ? ਸਭ ਤੋਂ ਵੱਡੀ ਗੱਲ ਜਿਹੜੀ ਭੁੱਲ ਗਏ ਨੇ, ਜਥੇਦਾਰ ਗੁਰਦਾਸ ਸਿੰਘ, ਗੁਰਦੇਵ ਸਿੰਘ ਕੌਕੇ ਦਾ ਮਸਲਾ ਬਹੁਤ ਵੱਡਾ ਮਸਲਾ ਸੀ। ਹਾਂ, ਉਹ ਤਾਂ ਅੱਜ ਵੀ ਸਾਡੇ ਹਿਰਦੇ 'ਚ ਚੀਸ ਪਾਉਂਦਾ, ਚੀਸ ਜਦੋਂ ਬੈਠ ਕੇ ਸੋਚਦੇ ਹਾਂ, ਜੀ ਕਰਦਾ ਇਹਨੂੰ ਮਾਰਦੇ ਕੁੱਟ, ਇੰਨਾ ਦੁਖੀ ਹੈ। ਔਰ ਉਹ ਮਹਾਨ ਸ਼ਖਸੀਅਤ, ਇੰਨਾ ਸੰਤ ਸੁਭਾਅ ਬੰਦਾ ਸੀ, ਮੈਂ ਤਾਂ ਬੜੇ ਦਰਸ਼ਨ ਕੀਤੇ, ਮਿਲਣ ਗਿਆ ਸੀ ਸਪੈਸ਼ਲ, ਉਹਨਾਂ ਨੂੰ ਵੀ ਇਨਸਾਫ਼ ਨਹੀਂ ਮਿਲਿਆ, ਉਹਨੂੰ ਇਨਸਾਫ਼ ਨਹੀਂ ਮਿਲਿਆ, ਔਰ ਕੋਹ ਕੇ ਮਾਰਿਆ, ਜ਼ਲੀਲ ਕਰਕੇ ਮਾਰਿਆ। ਅੱਜ ਵੀ ਕਾਗਜ਼ਾਂ 'ਚ ਉਹਨਾਂ ਨੂੰ ਪਕੌੜਾ ਦਿਖਾਇਆ, ਅੱਜ ਤੱਕ ਵੀ ਨਹੀਂ ਠੀਕ ਹੋਇਆ, ਜਾਣ ਕੇ ਇਹਦੇ ਕੋਲ ਸਾਰਾ ਕੇਸ ਦਵਾ ਲਿਆ,
ਉਹਦੇ ਕੇਸ 'ਤੇ ਇਨਕੁਆਇਰੀ ਹੋ ਚੁੱਕੀ ਸੀ, ਇਹਨੇ ਕੇਸ ਹੀ ਨਹੀਂ ਕੱਢਿਆ ਬਾਦਲ ਨੇ, ਜਾਣ ਕੇ ਨਹੀਂ ਕੱਢਿਆ। ਇਹ ਤਾਂ ਹੌਲੀ ਹੁਣ ਇਨਸਾਨ ਨੂੰ ਇਨਸਾਨ ਸਮਝਦਾ ਹੀ ਨਹੀਂ ਸੀ ਉਹ, ਜੀ ਛੱਡੋ ਜੀ ਪੁਰਾਣੇ ਗੁਰਦੁਆਰੇ ਪੁੱਟਣ ਦਾ ਕੀ ਫਾਇਦਾ, ਜਿਹਨੂੰ ਪੁਰਾਣੀਆਂ ਗੱਲਾਂ ਭੁੱਲ ਜਾਓ ਜੀ, ਆਹ ਜੀ ਆਏ ਇੱਦਾਂ ਲੀਡਰ ਕਰਦਾ ਸੀ, ਐਂ ਕਹਿ ਕੇ ਸਾਬ ਇਮਾਨਦਾਰ ਤਾਂ ਹੈ ਹੀ ਨਹੀਂ ਸੀ। ਅਸੀਂ ਤਾਂ ਬਥੇਰਾ ਸੁਣਿਆ ਕਿ ਅਸਲ ਪ੍ਰਕਾਸ਼ ਸਿੰਘ ਬਾਦਲ ਅਤੇ ਇਹਦੀ ਪਿਛੋਕੜ ਹੀ ਬੜਾ ਹੋਰ ਤਰ੍ਹਾਂ ਦਾ। ਬਾਦਲ ਕਿੱਥੇ ਪਿੰਡ ਹੈਗਾ, ਤੁਸੀਂ ਗਏ ਹੋ ਕਦੇ? ਮੈਂ ਨਹੀਂ। ਬਾਦਲ ਪਿੰਡ ਹੈਗਾ ਵੈਸੇ? ਲੰਬੀ ਪਿੰਡ ਹੈ। ਲੰਬੀ ਹੈ ਨਾ, ਬਾਦਲ ਕਿਉਂ ਕਹਿੰਦੇ ਇਹਨੂੰ? ਮੈਨੂੰ ਨਹੀਂ ਪਤਾ। ਨਹੀਂ ਪਤਾ, ਦੇਖੋ ਜੀ ਸੁਣੀ ਗੱਲ ਹੈ, ਮੈਂ ਵੀ ਪ੍ਰੋਟ ਤਾਂ ਨਹੀਂ ਕਰ ਸਕਦਾ, ਸੁਣੀ ਗੱਲ ਹੈ ਕਿ ਵੱਡੇ ਵਡੇਰੇ ਉਹਨਾਂ ਦੇ ਬਾਦਲ ਖਾਨ, ਬਾਦਲ ਖਾਨ ਸੀ ਉਹਦੀ ਪੀੜ੍ਹੀ 'ਚ, ਬਾਦਲ ਬਣੇ ਗਏ ਬਾਦਲ ਖਾਨ ਦੀ ਪੀੜ੍ਹੀ 'ਚ। ਇਹਨਾਂ ਲੋਕਾਂ ਨੇ ਤਾਂ ਇੱਕ ਕਿਹੜੀ ਜੰਗ ਦੇ ਟਾਈਮ ਜਿੱਧਰ ਸਿੱਖ ਫੌਜਾਂ ਖੜੀਆਂ ਉੱਧਰ ਇਸ ਖਾਨ ਜ਼ਹਿਰ ਪਾਏ ਸੀ ਲੰਗਰ ਦੇ ਵਿੱਚ, ਫੌਜਾਂ ਪਾਤਾ ਸੀ ਸਿੱਖ ਫੌਜਾਂ ਨੂੰ ਕਮਜ਼ੋਰ ਮਰਵਾਉਣ ਵਾਸਤੇ। ਹਿਸਟਰੀ ਦੱਸਦੀ ਹੈ, ਕਾਫ਼ੀ ਲੋਕਾਂ ਪਰੂਫ ਨੇ, ਮੇਰੇ ਕੋਲ ਆਏ ਵੀ ਡਾਕੂਮੈਂਟ ਵੀ ਆਏ ਸੀ, ਮੈਂ ਕਿਸੇ ਸੰਭਾਲ ਕੇ ਨਹੀਂ ਰੱਖੇ। ਹਾਂ, ਇਹਨਾਂ ਕੁਰਸੀ ਨਾਮਾ ਲਿਆਂਦਾ ਸੀ ਕਢਾ ਕੇ ਕਿਸੇ ਨੇ ਪਾਕਿਸਤਾਨ ਤੋਂ, ਪੜ੍ਹਿਆ ਮੈਂ, ਇਹਨੂੰ ਪਤਾ ਜਸਵਾਲ ਨੂੰ ਸਾਰੇ ਢਿੱਲਾਂ ਨੂੰ ਕੋਲ ਆਇਆ ਰਿਕਾਰਡ। ਜਿਹੜਾ ਅਕਾਲੀ ਦਲ ਦਾ ਇਸ ਵੇਰ ਵੋਟ ਬੈਂਕ ਬਿਲਕੁਲ ਹੀ ਖਤਮ ਹੋਇਆ, ਬੀਜੇਪੀ ਪੰਜਾਬ ਦੇ ਵਿੱਚ ਅੱਪ ਹੋਈ ਆ, 25 ਹਲਕਿਆਂ ਦੇ ਵਿੱਚੋਂ ਬੀਜੇਪੀ ਵਿਧਾਨ ਸਭਾ ਹਲਕੇ ਜਿਹੜੇ ਲੋਕ ਸਭਾ 'ਚ ਪੈਂਦੇ ਨੇ ਉਹ ਜੋ ਜਿੱਤ ਗਈ ਆ, ਉਹ ਕੀ ਕਾਰਨ ਮੰਨਦੇ ਹੋ? ਬੀਜੇਪੀ ਦਾ ਵੋਟ ਬੈਂਕ ਕਿਵੇਂ ਵੱਧ ਗਿਆ? ਲੋਕਾਂ ਨੂੰ ਭੁੱਲ ਹੀ ਗਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਕਿਹੜੀ ਸੀ। ਅਕਾਲੀ ਦਲ ਅਕਾਲੀ ਦਲ ਰਹੇ ਨਹੀਂ ਇਹ, ਇਹਨਾਂ ਨੂੰ ਤਾਂ ਆਪਣੇ ਤੁਹਾਨੂੰ ਦੱਸਿਆ ਨਾ ਆਪਣੇ ਖਜ਼ਾਨੇ ਭਰਨ ਤੱਕ ਸੀਮਤ ਰਹੇ, ਇਹਨਾਂ ਨੇ ਲੋਕਾਂ ਨੂੰ ਐਜੂਕੇਟ ਕੀਤਾ ਹੀ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ। ਇੱਕ ਇਹ ਸਮਝਦੇ ਤਕੜੀ ਦਾ ਨਾਂ ਲੈ ਕੇ ਬਾਬੇ ਨਾਲ ਦੀ ਤਕੜੀ, ਬਾਬੇ ਨਾਲ ਦੀ ਤਕੜੀ ਦੇ ਵੋਟਾਂ ਮੰਗਦੇ ਰਹੇ, ਹੁਣ ਵੀ ਪਿੰਡਾਂ ਦੇ ਪੋਲੇ ਪਾਲੇ ਜੱਟ ਅਜੇ ਬੈਠੇ ਨੇ, ਉਹ ਤਕੜੀ ਨੂੰ ਵੋਟ ਪਾਉਂਦੇ ਨੇ, ਬਾਬੇ ਨਾਲ ਦੀ ਤਕੜੀ ਉਹਦੇ ਕਰਕੇ ਵੋਟਾਂ ਲੈਂਦੇ ਰਹੇ ਜਿਹੜੀਆਂ ਲੈ ਗਏ ਥੋੜ੍ਹੇ ਬਹੁਤੇ। ਇਹਨਾਂ ਨੇ ਜਦ ਪਾਰਟੀ ਖਤਮ, ਅਕਾਲੀ ਦਲ ਹੀ ਖਤਮ ਕਰਤਾ ਸੀ, ਦੁਬਾਰਾ ਕਿਵੇਂ ਸੁਰਜੀਤ ਹੋ ਜਾਏ? ਆਰਐਸਐਸ ਵੀ ਬੜਾ ਮਜ਼ਬੂਤ ਆ ਪੰਜਾਬ 'ਚ, ਆਰਐਸਐਸ ਵੀ ਬੜਾ ਮਜ਼ਬੂਤ ਆ ਪੰਜਾਬ ਦੇ ਵਿੱਚ, ਉਹਨਾਂ ਦੇ ਬੜੇ ਥਾਂ ਥਾਂ 'ਤੇ ਲੱਗੇ ਹੋਏ ਨੇ ਡੇਰੇ, ਲੱਗੇ ਬਹੁਤ, ਆਪਣੇ ਡੇਰੇ ਖੋਲ੍ਹ ਲਏ, ਆਪਣੇ ਪਿੱਛੇ ਉਹਨਾਂ ਦੇ ਪਿੱਛੇ ਸਪੋਰਟ ਕਰਦੇ ਨੇ, ਬਹੁਤ ਲੱਗ ਰਹੇ। ਇਹ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ, ਮੈਂ ਤਾਂ ਸਮਝਦਾ ਬਾਦਲ ਪਰਿਵਾਰ ਤੋਂ ਸ਼ੁਰੂ ਹੋਇਆ ਕੰਮ ਸਾਰਿਆਂ ਨੇ, ਇਹ 'ਚੋਂ ਨਿਕਲ ਸਕਦਾ ਉਹ ਨੁਕਸਾਨ ਦੇ ਵਿੱਚੋਂ ਪੰਜਾਬ? ਨਿਕਲ ਸਕਦਾ, ਤੁਹਾਨੂੰ ਦੱਸ ਸੈਕਰੀਫਾਈਸ ਨਹੀਂ ਕਰਦੇ, ਅਸਤੀਫਾ ਦੇਣਾ ਪਊ। ਆ ਜਿਹੜੇ 10-12-15 ਦਿਨ ਦੀਆਂ ਫੋਟੋਆਂ ਰੋਜ਼ ਆਉਂਦੀਆਂ ਨੇ ਨਾ, ਇਹਨਾਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ, ਨਾ ਢੀਂਡਸਾ ਆਵੇ, ਨਾ ਪੂੰਦੜ ਆਵੇ, ਨਾ ਚੰਦੂਮਾਦਰ ਆਵੇ, ਨਾ ਉੱਧਰੋਂ ਸੁਖਵੀਰ ਆਵੇ, ਸੁਖਵੀਰ ਨਾਲ 5-7 ਨੇ ਇੱਕ ਚੀਮਾ ਹੈ, ਇਹ ਸਾਰੇ ਹੈ ਤਾਂ ਕਾਲੇ, ਸਾਰਿਆਂ ਨੂੰ ਪਤਾ ਤਾਂ ਹੈ ਇਹਨਾਂ ਨੂੰ ਵੋਟ ਨਹੀਂ ਪਾਉਣੀ। ਇਹ ਅਗਰ ਅਕਾਲੀ ਦਲ 'ਚ ਬਣਾ ਕੇ ਚਲੋ ਵੱਖਰੇ ਕਰਕੇ ਜਾਂ ਵੱਖਰਾ ਅਕਾਲੀ ਦਲ ਬਣਾ ਕੇ ਫਿਰ ਜਾਣ, ਲੋਕਾਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ, ਪ੍ਰਵਾਨ ਨਹੀਂ ਕਰਦੇ ਲੋਕਾਂ, ਨਾ ਇਹਨਾਂ ਨਹੀਂ ਆਉਣਗੇ। ਬਹੁਤ ਬਹੁਤ ਧੰਨਵਾਦ ਜੀ। ਅਕਾਲੀ ਲੀਡਰ ਹਰਮਿੰਦਰ ਸਿੰਘ ਢਿੱਲੋਂ ਸੀ, ਤਾਂ ਕਈ ਅਹਿਮ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਨਿਘਾਰ ਵੱਲ ਵਧਿਆ ਹੈ। ਉਹ ਕਈ ਅਹਿਮ ਫੈਸਲੇ ਸੀ, ਚਾਹੇ ਬਲਾਤਕਾਰੀ ਸੌਦਾ ਸਾਧ ਨੂੰ ਮਾਫੀ ਦੇਣਾ ਹੋਵੇ, ਜਾਂ ਫਿਰ ਸਮੇਤ ਸੈਣੀ ਵਰਗੇ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ, ਤਾਂ ਉਹਨਾਂ ਨੂੰ DGP ਤੱਕ ਜਿਹੜਾ ਉਹਨਾਂ ਨੂੰ ਰੁਤਬੇ ਤੱਕ ਲੈ ਕੇ ਜਾਣਾ, ਉਹਨਾਂ ਨੂੰ ਰੁਤਬਾ ਦੇਣਾ, ਇਹ ਕਿਹੜੀਆਂ ਸਾਰੀਆਂ ਚੀਜ਼ਾਂ ਸੀ? ਇਹ ਸਾਰੀਆਂ ਚੀਜ਼ਾਂ ਨੇ ਇਹ ਅਕਾਲੀ ਦਲ ਨੂੰ ਨਿਘਾਰ ਵੱਲ ਲੈ ਕੇ ਆਉਂਦਾ। ਜੇਕਰ
ਅੱਜ ਵੀ ਸਮਾਂ ਏ, ਕਹਿੰਦੇ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਦਾ ਜੇਕਰ ਇਕੱਠਾ ਕਰ ਲਿਆ ਜਾਵੇ ਸਭ ਕੁਝ। ਤਾਂ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਨੇ ਤਾਂ ਅੱਜ ਵੀ ਪੰਥ ਇੱਕ ਝੰਡੇ ਹੇਠਾਂ ਇਕੱਠੇ ਹੋ ਸਕਦਾ। ਪਰ ਢਿੱਲੋਂ ਸਾਹਿਬ ਨੇ ਦੱਸ ਦਿੱਤਾ ਕਿ ਜਿਹੜੇ ਲੀਡਰ ਨੇ ਜਿਹੜੇ ਖੁੱਲ੍ਹ ਕੇ ਬੋਲ ਰਹੇ ਨੇ ਹੁਣ ਦੋ ਧੜਿਆਂ ਦੇ ਵਿੱਚ ਜਿਵੇਂ ਵੰਡਿਆ ਗਿਆ, ਇਹ ਸਾਰੇ ਕੁਰਸੀ ਦੇ ਭੁੱਖੇ ਨੇ, ਤਾਂ ਕੁਰਸੀ ਦੀ ਭੁੱਖ ਨੇ ਹੀ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਹੈ। ਪਰ ਹਜੇ ਵੀ ਸਮਾਂ ਹੈ, ਜੇਕਰ ਨਾ ਸਮਾਂ ਰਹਿੰਦੇ ਸੰਭਲਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਾੜੇ ਹਾਲਾਤ ਨੇ ਜਿਹੜੇ ਉਹ ਦੇਖਣੇ ਪੈ ਸਕਦੇ ਨੇ। ਸਾਥੀ ਰਿੱਕੀ ਦੇ ਨਾਲ ਕੁਲਦੀਪ ਸਿੰਘ ਘੋੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਮੋਹਾਲੀ।